ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਸਟਰ ਕਲਾਸਿਸ ਪੋਲਿਟੀ ਲੈਕਚਰ ਸੀਰੀਜ਼ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕਰਨਾ ਜੀ ਕੋਨਸਟੀਟਿਊਸ਼ਨ ਦਾ ਆਪਣੇ ਸੰਵਿਧਾਨ ਦਾ ਪਾਰਟ 2 ਯਾਨੀ ਕਿ ਦੂਸਰਾ ਪਾਰਟ ਜਿਹਦੇ ਵਿੱਚ ਸਿਟੀਜ਼ਨਸ਼ਿਪ ਬਾਰੇ ਗੱਲਾਂ ਕਹੀਆਂ ਹੋਈਆਂ ਨੇ ਸਿਟੀਜ਼ਨਸ਼ਿਪ ਯਾਨੀ ਕਿ ਨਾਗਰਿਕਤਾ ਇਹ ਪਾਰਟ 2 ਜਿਹੜਾ ਸੰਵਿਧਾਨ ਦਾ ਅੱਜ ਦੇ ਸਮੇਂ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਬਣ ਗਿਆ ਕਿਉਂ ਕਿਉਂਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਕਿ ਹਾਲ ਹੀ ਦੇ ਵਿੱਚ ਪਾਸ ਹੋਇਆ ਉਹਦੇ ਪਾਸ ਹੋਣ ਕਰਕੇ ਉਹਦਾ ਇਤਿਹਾਸ ਪਿਛੋਕੜ ਕਾਫੀ ਜ਼ਿਆਦਾ ਰੇੜਕਾ ਪੈ ਰਿਹਾ ਸੀਗਾ ਖਾਸ ਕਰਕੇ ਨੌਰਥ ਈਸਟ ਦੀਆਂ ਸਟੇਟਾਂ 'ਚ ਸੋ ਇਹ ਪੂਰਾ ਜਿਹੜਾ ਪਾਰਟ ਆਪਣਾ ਸੰਵਿਧਾਨ ਦਾ ਪਾਰਟ 2 ਹੈਗਾ ਜਿਹੜਾ ਕਿ ਸਿਟੀਜ਼ਨਸ਼ਿਪ ਦੇ ਨਾਲ ਡੀਲ ਕਰਦਾ ਇਹ ਪੂਰਾ ਪਾਰਟ ਹੀ ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਨਿਊਜ਼ ਦੇ ਵਿੱਚ ਆ ਗਿਆ ਸੋ ਹੁਣ ਐਗਜ਼ਾਮਿਨਰ ਕੁਐਸਚਨ ਕਿਤੋਂ ਵੀ ਪੁੱਛ ਸਕਦਾ ਚਾਹੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 'ਚ ਪੁੱਛੇ ਜਾਂ ਇਹ ਸਿਟੀਜ਼ਨਸ਼ਿਪ ਜਿਹੜਾ ਕਿ ਪਾਰਟ 2 ਸੰਵਿਧਾਨ ਦਾ ਡੀਲ ਕਰਦਾ ਸਿਟੀਜ਼ਨਸ਼ਿਪ ਦੇ ਨਾਲ ਇਸ ਪਾਰਟ ਦੇ ਵਿੱਚੋਂ ਕਿਸੇ ਵੀ ਟੌਪਿਕ ਨੂੰ ਚੱਕ ਕੇ ਐਗਜ਼ਾਮਿਨਰ ਕੁਐਸਚਨ ਪੁੱਛ ਸਕਦਾ ਸੋ ਆਪਣਾ ਟੀਚਾ ਇਹ ਹੈ ਜੀ ਵੀ ਇਸ ਪਾਰਟ 2 ਨੂੰ ਆਪਾਂ ਬੜੀ ਚੰਗੀ ਤਰ੍ਹਾਂ ਐਨਾਲਾਈਜ਼ ਕਰੀਏ ਤਾਂ ਕਿ ਆਪਣਾ ਕੋਈ ਵੀ ਕੁਐਸਚਨ ਮਿਸ ਨਾ ਹੋਵੇ ਤੇ ਆਪਾਂ ਨੂੰ ਹੋਰ ਵੀ ਬਹੁਤ ਹੀ ਵਧੀਆ ਤੇ ਇੰਪੋਰਟੈਂਟ ਇੰਟਰਸਟਿੰਗ ਗੱਲਾਂ ਤੁਹਾਨੂੰ ਸਾਰਿਆਂ ਨੂੰ ਇਸ ਅੱਜ ਦੇ ਇਸ ਲੈਕਚਰ ਦੇ ਵਿੱਚ ਜਾਣਨ ਨੂੰ ਮਿਲਣਗੀਆਂ ਤੇ ਇੱਕ ਗੱਲ ਯਾਦ ਰੱਖਿਓ ਸੰਵਿਧਾਨ ਦਾ ਜੇ ਤੁਹਾਡੇ ਤੋਂ ਕੋਈ ਵੀ ਪਾਰਟ ਪੁੱਛ ਰਹਿਣ ਪਾਰਟ 1, 2, 3, 4, 10, 11, 12 ਤੇ ਜਿੰਨੇ ਵੀ ਪਾਰਟ ਨੇ ਉਹ ਤੁਹਾਨੂੰ ਹਮੇਸ਼ਾ ਰੋਮਨ ਲੈਟਰਸ ਦੇ ਵਿੱਚ ਲਿਖਣੇ ਨੇ ਐਂ ਲਿਖਣਾ ਜੇ ਉਹਦੇ ਪਾਰਟ 1 ਦੀ ਗੱਲ ਹੋ ਰਹੀ ਨਾ ਤਾਂ 1 ਪਾ ਦਿਓ 2 ਦੀ ਜਗ੍ਹਾ 2 ਪਾ ਦਿਓ ਸਿਰਫ ਤੇ ਸਿਰਫ ਜਿੱਥੇ ਪਾਰਟਸ ਦੀ ਗੱਲ ਹੈ ਨਾ ਸੰਵਿਧਾਨ ਦੇ ਪਾਰਟ ਜਿਵੇਂ ਪਾਰਟ 14, 15 ਉਹ ਜਿਹੜੇ ਪਾਰਟ ਲਿਖਣੇ ਨੇ ਤੁਹਾਨੂੰ ਰੋਮਨ ਲੈਟਰ ਦੇ ਵਿੱਚ ਲਿਖਣੇ ਨੇ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਏਦਾਂ ਹੀ ਲਿਖੇ ਹੋਏ ਨੇ ਠੀਕ ਹੈ ਸੋ ਇਹ ਕਈ ਗੱਲਾਂ ਹੁੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਨੇ ਤੇ ਆਹ ਕੁਝ ਕੁ ਕੁਐਸਚਨ ਨੇ ਜੀ 7-8 ਕੁਐਸਚਨ ਨੇਗੇ ਬੜੇ ਹੀ ਵਧੀਆ ਕੁਐਸਚਨ ਨੇਗੇ ਸਿਟੀਜ਼ਨਸ਼ਿਪ ਦੇ ਜਿਹੜਾ ਇਹ ਚੈਪਟਰ ਹੈ ਇਹਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ ਟੌਪਿਕ ਦੇ ਅੰਤ ਦੇ ਵਿੱਚ ਬਟ ਪਹਿਲਾਂ ਆਪਾਂ ਇਸ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਦੇਖੋ ਜਿਹੜਾ ਸੰਵਿਧਾਨ ਦਾ ਪਾਰਟ 2 ਹੈ ਸਿਟੀਜ਼ਨਸ਼ਿਪ ਇਹ ਚੈਪਟਰ ਨੂੰ ਤਾਂ ਆਪਾਂ ਚਲੋ ਸਮਝਦੇ ਹਾਂ ਸਿਟੀਜ਼ਨਸ਼ਿਪ ਤੋਂ ਪਹਿਲਾਂ ਆਪਾਂ ਇਹ ਸਮਝੀਏ ਵੀ ਸਿਟੀਜ਼ਨ ਕਿਹਨੂੰ ਕਹਿੰਦੇ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਸਿਟੀਜ਼ਨਸ਼ਿਪ ਜਿਹੜਾ ਸਿਟੀਜ਼ਨ ਹੈਗਾ ਉਹ ਕੌਣ ਹੁੰਦਾ ਹੈਗਾ ਸਿਟੀਜ਼ਨ ਯਾਨੀ ਕਿ ਨਾਗਰਿਕ ਦੇਸ਼ ਦਾ ਇੰਡੀਆ ਦੇ ਵਿੱਚ ਕਿਹਨੂੰ ਕਿਹਾ ਜਾਂਦਾ ਸੋ ਆਪਾਂ ਜੇ ਆਪਣੇ ਦੇਸ਼ ਦੀ ਗੱਲ ਕਰੀ ਨਾ ਇੰਡੀਆ ਦੀ ਤਾਂ ਇੰਡੀਆ ਦੇ ਵਿੱਚ 2 ਤਰ੍ਹਾਂ ਦੇ ਲੋਕ ਨੇ ਇੱਕ ਤੱਕ ਹੁੰਦੇ ਨੇ ਜੀ ਸਿਟੀਜ਼ਨ ਜਿਹੜੇ ਕੋਲ ਇੰਡੀਆ ਦੀ ਆਪਣੇ ਦੇਸ਼ ਦੀ ਨਾਗਰਿਕਤਾ ਹੈਗੀ ਹੈ ਤੇ ਇਹ ਜਿਹੜੇ ਇੰਡੀਆ ਦੇ ਸਿਟੀਜ਼ਨ ਨੇ ਇਹ ਸਾਰੇ ਸਿਵਲ ਤੇ ਪੋਲੀਟੀਕਲ ਰਾਈਟਸ ਐਨਜੋਏ ਕਰਦੇ ਨੇ ਤੇ ਦੂਸਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਜੀ ਉਹਨਾਂ ਨੂੰ ਕਿਹਾ ਜਾਂਦਾ ਜੀ ਏਲੀਅਨਸ ਇਹ ਏਲੀਅਨਸ ਫਿਲਮ ਵਾਲੇ ਹੀ ਨਹੀਂ ਹੈਗੇ ਇਹ ਏਲੀਅਨਸ ਫੋਰਨਰਸ ਹੁੰਦੇ ਨੇ ਜਿਹੜੇ ਕਿ ਇੰਡੀਆ ਦੇ ਵਿੱਚ ਆਏ ਹੁੰਦੇ ਨੇ ਹੁਣ ਇਹ ਜਿਹੜੇ ਏਲੀਅਨਸ ਹੁੰਦੇ ਨੇ ਇਹਨਾਂ ਨੂੰ ਇੰਡੀਅਨ ਸਿਟੀਜ਼ਨ ਦੀ ਤਰ੍ਹਾਂ ਹਰੇਕ ਤਰ੍ਹਾਂ ਦੇ ਸਿਵਲ ਤੇ ਪੋਲੀਟੀਕਲ ਰਾਈਟਸ ਅਵੇਲੇਬਲ ਨਹੀਂ ਹੁੰਦੇਗੇ ਤੇ ਹੁਣ ਇਹ ਏਲੀਅਨਸ ਇਹ ਅੱਗੇ 2 ਤਰ੍ਹਾਂ ਦੇ ਹੁੰਦੇ ਨੇ ਕਿਵੇਂ ਕਿਹੜੇ ਕਿਹੜੇ ਇੱਕ ਤਾਂ ਹੁੰਦੇ ਨੇ ਫਰੈਂਡਲੀ ਏਲੀਅਨਸ ਇਹ ਫਰੈਂਡਲੀ ਏਲੀਅਨਸ ਉਹ ਦੇਸ਼ਾਂ ਦੇ ਸਬਜੈਕਟ ਹੁੰਦੇ ਨੇ ਜਿਹੜੇ ਦੇਸ਼ਾਂ ਦੇ ਆਪਣੇ ਦੇਸ਼ ਇੰਡੀਆ ਦੇ ਨਾਲ ਵਧੀਆ ਸੰਬੰਧ ਨੇਗੇ ਉਹ ਆਪਣੇ ਦੇਸ਼ਾਂ ਦੇ ਵਿੱਚ ਆਏ ਹੋਣ ਉਹਨਾਂ ਦੇਸ਼ਾਂ ਦੇ ਲੋਕ ਉਹਨਾਂ ਨੂੰ ਫਰੈਂਡਲੀ ਏਲੀਅਨਸ ਕਹਿੰਦੇ ਨੇ ਤੇ ਇੱਕ ਹੁੰਦੇ ਨੇ ਐਨੀਮੀ ਏਲੀਅਨਸ ਇਹ ਉਹ ਦੇਸ਼ਾਂ ਦੇ ਸਬਜੈਕਟ ਹੁੰਦੇ ਨੇ ਜਿਹੜੇ ਦੇਸ਼ ਦੇ ਨਾਲ ਭਾਰਤ ਦੀ ਵਾਰ ਲੱਗੀ ਹੋਵੇ ਭਾਰਤ ਦੀ ਜੰਗ ਲੱਗੀ ਹੋਵੇ ਆਪਣੇ ਦੁਸ਼ਮਣ ਦੇਸ਼ ਦੇ ਜਿਹੜੇ ਨਾਗਰਿਕ ਹੁੰਦੇ ਨੇ ਸਬਜੈਕਟ ਹੁੰਦੇ ਨੇ ਉਹ ਕਹਾਉਂਦੇ ਨੇ ਜੀ ਐਨੀਮੀ ਏਲੀਅਨਸ ਤੇ ਜਦੋਂ ਇਹ ਆਪਣੇ ਦੇਸ਼ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ਕਾਫੀ ਸਾਰੇ ਅਧਿਕਾਰ ਆਪਣੇ ਦੇਸ਼ ਦੇ ਵਿੱਚ ਨਹੀਂ ਮਿਲਦੇ ਜਿਵੇਂ ਕਿ ਸੰਵਿਧਾਨ ਦਾ ਇੱਕ ਆਰਟੀਕਲ 22 ਹੈ ਜਿਹੜਾ ਕਿ ਡਿਟੈਂਸ਼ਨ ਦੇ ਨਾਲ ਡੀਲ ਕਰਦਾ ਹੈ ਫੰਡਾਮੈਂਟਲ ਰਾਈਟਸ ਵਾਲੇ ਚੈਪਟਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਡਿਟੈਂਸ਼ਨ ਕੀ ਹੁੰਦੀ ਹੈ ਸੋ ਇਹ ਡਿਟੈਂਸ਼ਨ ਦਾ ਜਿਹੜਾ ਅਧਿਕਾਰ ਹੁੰਦਾ ਇਹਨਾਂ ਐਨੀਮੀ ਏਲੀਅਨਸ ਨੂੰ ਨਹੀਂ ਮਿਲਦਾ ਸੋ ਇਹ ਗੱਲ ਤੁਹਾਨੂੰ ਕਲੀਅਰ ਤੇ ਇੱਕ ਗੱਲ ਇਹ ਦੱਸਣਾ ਹੁਣ ਮੈਂ ਤੁਹਾਨੂੰ ਵੀ ਆਪਣੇ ਜਿਹੜੇ ਸਿਟੀਜ਼ਨ ਨੇਗੇ ਦੇਸ਼ ਦੇ ਨਾਗਰਿਕ ਨੇ ਉਹਨਾਂ ਨੂੰ ਕਿਹੜੇ ਕਿਹੜੇ ਫੰਡਾਮੈਂਟਲ ਰਾਈਟਸ ਮਿਲਦੇ ਨੇਗੇ ਤੇ ਕਿਹੜੇ ਇਹੋ ਜਿਹੇ ਫੰਡਾਮੈਂਟਲ ਰਾਈਟਸ ਨੇ ਜਿਹੜੇ ਕਿ ਇੰਡੀਆ ਦੇ ਸਿਟੀਜ਼ਨ ਨੂੰ ਵੀ ਮਿਲਦੇ ਨੇ ਤੇ ਜਿਹੜੇ ਏਲੀਅਨਸ ਨੇਗੇ ਉਹਨਾਂ ਨੂੰ ਵੀ ਅਵੇਲੇਬਲ ਹੁੰਦੇ ਨੇ ਉਹ ਆਪਾਂ ਇੱਥੇ ਡਿਸਕਸ ਕਰਨਾ ਉਹ ਆਪਾਂ ਜਦੋਂ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਆਪਾਂ ਡਿਸਕਸ ਕਰਾਂਗੇ ਉਦੋਂ ਮੈਂ ਤੁਹਾਨੂੰ ਸਮਝਾਉਂਗਾ ਵੀ ਕਿਹੜੇ ਕਿਹੜੇ ਅਧਿਕਾਰ ਸਿਰਫ ਇੰਡੀਅਨ ਸਿਟੀਜ਼ਨ ਨੂੰ ਮਿਲਦੇ ਨੇ ਤੇ ਕਿਹੜੇ ਫੋਰਨਰਸ ਨੂੰ ਵੀ ਮਿਲਦੇ ਨੇ ਇੰਡੀਅਨ ਸਿਟੀਜ਼ਨ ਦੇ ਨਾਲ ਨਾਲ ਇੱਥੇ ਦਾ ਗੱਲ ਕਲੀਅਰ ਤੇ ਆਹ ਜਿਹੜੀ ਲਾਈਨ ਲਿਖੀ ਹੈ ਨਾ ਬਹੁਤ ਇੰਪੋਰਟੈਂਟ ਹੈ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਹੁਣ ਆਪਣੇ ਦੇਸ਼ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਇਹਦੀ ਪੋਸਟ ਦੇ ਲਈ ਜੇ ਕਿਸੇ ਨੇ ਅਪਲਾਈ ਕਰਨਾ ਮਤਲਬ ਕਿਸੇ ਨੇ ਨੋਮੀਨੇਸ਼ਨ ਭਰਨੀ ਹੈ ਤਾਂ ਕੀ ਕੰਡੀਸ਼ਨ ਹੋਣੀ ਚਾਹੀਦੀ ਹੈ ਵੈਸੇ ਤਾਂ ਕਈ ਕੰਡੀਸ਼ਨ ਨੇ ਉਹਨਾਂ ਦੇ ਵਿੱਚ ਆਪਾਂ ਸਿਰਫ ਜਿਹੜੀ ਸਿਟੀਜ਼ਨ ਦੀ ਕ੍ਰਾਈਟੇਰੀਆ ਹੈਗਾ ਉਹਨੂੰ ਡਿਸਕਸ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਆਪਾਂ ਜਦੋਂ ਪੜ੍ਹਦੇ ਹੁੰਦੇ ਨਾ ਪ੍ਰੈਜੀਡੈਂਟ ਵਾਲੇ ਚੈਪਟਰ ਦੇ ਵਿੱਚ ਵੀ ਉਹ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਸੋ ਕਿਹੜੇ ਤਰ੍ਹਾਂ ਦਾ ਸਿਟੀਜ਼ਨ ਹੋਣਾ ਚਾਹੀਦਾ ਆਪਣੇ ਦੇਸ਼ ਦੇ ਵਿੱਚ ਉਹ ਬੰਦਾ ਜੇ ਉਹਨੇ ਰਾਸ਼ਟਰਪਤੀ ਬਣਨਾ ਤਾਂ ਉਹ ਸਿਟੀਜ਼ਨ ਹੋਣਾ ਚਾਹੀਦਾ ਬਾਏ ਬਰਥ ਬਰਥ ਦਾ ਸਿਟੀਜ਼ਨ ਹੋਣਾ ਹੀ ਚਾਹੀਦਾ ਐਜ਼ ਵੈਲ ਐਜ਼ ਨੈਚੁਰਲਾਈਜ਼ ਸਿਟੀਜ਼ਨ ਜੇ ਉਹ ਹੋਇਆ
ਉਹ ਨੈਚੁਰਲਾਈਜ਼ ਸਿਟੀਜ਼ਨ ਨੂੰ ਵੀ ਉਹ ਵੀ ਬੰਦਾ ਐਲੀਜੀਬਲ ਹੈਗਾ ਆਪਣੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਪਰ ਨਿਯੁਕਤ ਹੋਣ ਦੇ ਲਈ। ਸੋ ਸਮਝ ਗਏ ਹੁਣ ਇਹ ਨੈਚੁਰਲਾਈਜ਼ ਸਿਟੀਜ਼ਨ ਕੀ ਹੁੰਦਾ, ਸਿਟੀਜ਼ਨ ਬਾਈ ਬਰਥ ਕੀ ਹੁੰਦਾ, ਇਹ ਆਪਾਂ ਅੱਗੇ ਜਾ ਕੇ ਸਮਝਦੇ ਹਾਂ। ਵੇਅਰ ਐਜ਼ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ, US ਦੀ ਗੱਲ ਕਰੀਏ, ਤਾਂ ਉੱਥੇ ਸਿਰਫ ਉਹੀ ਬੰਦਾ ਰਾਸ਼ਟਰਪਤੀ ਬਣ ਸਕਦਾ ਜਿਹੜਾ ਕਿ ਅਮਰੀਕਾ ਦਾ ਸਿਟੀਜ਼ਨ ਹੋਵੇ ਬਾਏ ਬਰਥ। ਨੈਚੁਰਲਾਈਜੇਸ਼ਨ ਦਾ ਕਨਸੈਪਟ ਅਮਰੀਕਾ ਦੇ ਵਿੱਚ ਨਹੀਂ ਹੈਗਾ। ਹੁਣ ਸੰਵਿਧਾਨ ਦੇ ਵਿੱਚ ਕੀ ਪ੍ਰੋਵੀਜ਼ਨ ਨੇ ਇਹਨਾਂ ਨੂੰ ਪੜ੍ਹਦਿਆਂ ਬਹੁਤ ਹੀ ਇੰਪੋਰਟੈਂਟ ਨੇ, ਧਿਆਨ ਨਾਲ ਸੁਣੋ ਇਕੱਲੀ ਇਕੱਲੀ ਗੱਲ। ਤਾਂ ਪਹਿਲੀ ਗੱਲ, ਸਿਟੀਜ਼ਨਸ਼ਿਪ ਦੇ ਆਰਟੀਕਲਸ ਕਹਿੰਦੇ ਨੇ ਜਿਹੜੇ ਪਾਰਟ 2 ਦੇ ਵਿੱਚ ਆਉਂਦੇ ਨੇ, ਉਹ ਆਉਂਦੇ ਨੇ ਜੀ ਆਰਟੀਕਲ 5 ਤੋਂ ਲੈ ਕੇ ਆਰਟੀਕਲ 11 ਤੱਕ, ਜਿਹੜੇ ਕਿ ਸਿਟੀਜ਼ਨਸ਼ਿਪ ਦੇ ਨਾਲ ਡੀਲ ਕਰਦੇ। ਸੋ ਬਟ ਕੋਨਸਟੀਟਿਊਸ਼ਨ ਦੇ ਵਿੱਚ ਇੱਕ ਗੱਲ ਇਹ ਸੀਗੀ ਜਿਹੜੀ ਤੁਹਾਡੇ ਸਾਰਿਆਂ ਦੇ ਲਈ ਸਮਝਣ ਵਾਲੀ ਇਹ ਹੈ, ਜਦੋਂ ਆਪਣਾ ਸੰਵਿਧਾਨ ਬਣਿਆ ਨਾ, ਉਹ ਸੰਵਿਧਾਨ ਦੇ ਵਿੱਚ ਸਿਰਫ ਉਹੀ ਇੰਡੀਅਨਸ ਨੂੰ ਆਈਡੈਂਟੀਫਾਈ ਕਰਿਆ ਗਿਆ ਸੀਗਾ ਜਿਹੜੇ ਕਿ ਸਿਟੀਜ਼ਨ ਸੀਗੇ ਕੋਨਸਟੀਟਿਊਸ਼ਨ ਦੇ ਕਮੈਂਡਸਮੈਂਟ ਵੇਲੇ, ਯਾਨੀ ਕਿ 26 ਜਨਵਰੀ 1950 ਤੱਕ ਜਿਹੜੇ ਵੀ ਦੇਸ਼ ਦੇ ਆਪਣੇ ਨਾਗਰਿਕ ਸੀ ਉਹਨਾਂ ਨੂੰ ਹੀ ਆਈਡੈਂਟੀਫਾਈ ਕੀਤਾ ਗਿਆ ਸੀਗਾ ਐਜ਼ ਸਿਟੀਜ਼ਨ। ਹੁਣ 26 ਜਨਵਰੀ 1950 ਤੋਂ ਬਾਅਦ ਜਿਹੜੇ ਵੀ ਲੋਕ ਇੰਡੀਆ ਦੇ ਵਿੱਚ ਆਏ ਉਹਨਾਂ ਨੂੰ ਸਿਟੀਜ਼ਨਸ਼ਿਪ ਕਿਵੇਂ ਮਿਲਦੀ ਹੈ, ਕਿਵੇਂ ਉਹਨਾਂ ਦੀ ਸਿਟੀਜ਼ਨਸ਼ਿਪ ਖੋਈ ਜਾਂਦੀ ਹੈ, ਜਿਹਨੂੰ ਆਪਾਂ ਲੌਸ ਆਫ ਸਿਟੀਜ਼ਨਸ਼ਿਪ ਕਹਿ ਦਿੰਦੇ ਹਾਂ, ਇਸ ਚੀਜ਼ ਦੇ ਬਾਰੇ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਨਹੀਂ ਹੋਇਆ। ਬਟ ਇੱਥੇ ਇੱਕ ਬਹੁਤ ਵੱਡੀ ਝਕਾਨੀ ਹੈ, ਝਕਾਨੀ ਤਾਂ ਕਾਨੂੰਨ ਕੋਲ ਉੱਥੇ ਬਹੁਤ ਹੀ ਵਧੀਆ ਗੱਲ ਲਿਖੀ ਹੈ। ਹੁਣ ਸਿਟੀਜ਼ਨਸ਼ਿਪ ਨੂੰ ਲੈ ਕੇ, ਸਿਟੀਜ਼ਨਸ਼ਿਪ ਦਾ ਮੈਟਰ ਹੈ, ਕਿਸੇ ਬੰਦੇ ਨੂੰ ਸਿਟੀਜ਼ਨਸ਼ਿਪ ਦੇਣੀ ਹੈ, ਕਿਸੇ ਬੰਦੇ ਨੂੰ ਸਿਟੀਜ਼ਨਸ਼ਿਪ ਉਹਦੇ ਤੋਂ ਖੋਣੀ ਹੈਗੀ, ਕੋਈ ਦੁਸ਼ਮਣ ਹੈ, ਕੋਈ ਦੇਸ਼ ਧਰੋਹੀ ਬੰਦਾ, ਉਹ ਤੋਂ ਸਿਟੀਜ਼ਨਸ਼ਿਪ ਖੋਣੀ ਹੈਗੀ, ਕਿਸੇ ਨੂੰ ਦੇਣੀ ਹੈ, ਤਾਂ ਉਹਦੇ ਵਾਸਤੇ ਸੰਵਿਧਾਨ ਦੇ ਵਿੱਚ ਇੱਕ ਗੱਲ ਜ਼ਰੂਰ ਲਿਖੀ ਹੋਈ ਹੈ ਵੀ ਪਾਰਲੀਮੈਂਟ ਹੈਗੀ ਜਿਹੜੀ ਇਹਨੂੰ ਇਹ ਪਾਵਰ ਦਿੰਦਾ, ਸੰਵਿਧਾਨ ਕੋਨਸਟੀਟਿਊਸ਼ਨ ਪਾਰਲੀਮੈਂਟ ਨੂੰ ਇਹ ਪਾਵਰ ਦਿੰਦਾ ਵੀ ਸਿਟੀਜ਼ਨਸ਼ਿਪ ਦੇ ਨਾਲ ਕੋਈ ਵੀ ਅਜਿਹਾ ਮੈਟਰ ਡੀਲ ਕਰਦਾ ਤਾਂ ਉਹਦੇ ਉੱਪਰ ਲਾਅ ਬਣਾਉਣ ਦੀ ਪਾਵਰ ਪਾਰਲੀਮੈਂਟ ਕੋਲ ਹੈ। ਕਿਉਂਕਿ ਸੰਵਿਧਾਨ ਦੇ ਵਿੱਚ ਸਿਰਫ ਜਿਹੜੇ ਲੋਕ 26 ਜਨਵਰੀ 1950 ਤੱਕ ਦੇਸ਼ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦਾ ਜ਼ਿਕਰ ਕੀਤਾ ਹੋਇਆ, ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਐਜ਼ ਸਿਟੀਜ਼ਨ, ਤੇ ਉਸ ਤੋਂ ਬਾਅਦ ਵਾਲਿਆਂ ਦਾ ਕੁਝ ਵੀ ਜ਼ਿਕਰ ਨਹੀਂ ਹੈਗਾ। ਤੇ ਪਾਰਲੀਮੈਂਟ ਨੇ ਉਦੋਂ ਸੰਵਿਧਾਨ ਨੇ ਇਹ ਗੱਲ ਲਿਖੀ ਸੀ ਵੀ ਪਾਰਲੀਮੈਂਟ ਕੋਲ ਇਹ ਪਾਵਰ ਹੈ ਵੀ ਉਹ ਸਿਟੀਜ਼ਨਸ਼ਿਪ ਨੂੰ ਲੈ ਕੇ ਕੋਈ ਵੀ ਲਾਅ ਬਣਾ ਸਕਦੀ ਹੈ। ਸੋ ਤਾਂ ਕਰਕੇ ਪਾਰਲੀਮੈਂਟ ਨੇ ਪਹਿਲਾ ਸਿਟੀਜ਼ਨਸ਼ਿਪ ਐਕਟ ਲਿਆਂਦਾ 1955 ਦੇ ਵਿੱਚ, ਤੇ ਇਹ ਐਕਟ ਨੂੰ ਟਾਈਮ ਟੂ ਟਾਈਮ ਪਾਰਲੀਮੈਂਟ ਦੁਆਰਾ ਅਮੈਂਡ ਕੀਤਾ ਗਿਆ। 1986 ਦੇ ਵਿੱਚ ਸਭ ਤੋਂ ਪਹਿਲੀ ਵਾਰ, ਫਿਰ 1992 ਦੇ ਵਿੱਚ, ਫਿਰ 2003 ਦੇ ਵਿੱਚ, ਫਿਰ 2005 'ਚ, ਫਿਰ 2015 'ਚ, ਤੇ ਫਾਈਨਲੀ ਆ ਲੇਟੈਸਟ 2019 ਦੇ ਵਿੱਚ ਸਿਟੀਜ਼ਨਸ਼ਿਪ ਐਕਟ ਨੂੰ ਅਮੈਂਡ ਕੀਤਾ ਗਿਆ। ਸੋ ਇੱਥੇ ਤੱਕ ਤੁਹਾਨੂੰ ਹੋ ਗਈ ਗੱਲ ਕਲੀਅਰ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਹੁਣ ਸਭ ਤੋਂ ਪਹਿਲਾਂ ਤਾਂ ਸਿਟੀਜ਼ਨਸ਼ਿਪ ਦੇ ਜਿਹੜੇ ਆਰਟੀਕਲ ਸੰਵਿਧਾਨ ਦੇ ਵਿੱਚ ਲਿਖੇ ਹੋਏ ਨੇ ਇਹਨਾਂ ਨੂੰ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ। ਤਾਂ ਸਭ ਤੋਂ ਪਹਿਲਾਂ ਆ ਗਿਆ ਜੀ ਆਰਟੀਕਲ 5। ਆਰਟੀਕਲ 5 ਕੀ ਕਹਿੰਦਾ? ਕਹਿੰਦੇ ਇਹ ਪਰਸਨ ਵਿਲ ਬੀ ਸਿਟੀਜ਼ਨ ਆਫ ਇੰਡੀਆ ਇਫ ਹੀ ਇਜ਼ ਬੋਰਨ ਇਨ ਇੰਡੀਆ ਔਰ ਇਫ ਆਈਦਰ ਆਫ ਹਿਸ ਪੇਰੈਂਟਸ ਬੋਰਨ ਇਨ ਇੰਡੀਆ। ਕਹਿੰਦੇ ਉਹ ਬੰਦਾ ਸਿਟੀਜ਼ਨ ਹੈਗਾ ਇੰਡੀਆ ਦਾ ਜੇ ਉਹ ਇੰਡੀਆ 'ਚ ਜੰਮਿਆ ਹੋਵੇ ਜਾਂ ਉਹਦੇ ਜਿਹੜੇ ਮਾਂ ਪਿਓ ਨੇ ਉਹ ਇੰਡੀਆ ਦੇ ਵਿੱਚ ਜੰਮੇ ਹੋਣ ਔਰ ਹੀ ਹੈਜ਼ ਬੀਨ ਰੈਜ਼ੀਡੈਂਟ ਆਫ ਇੰਡੀਆ ਫੋਰ ਲਾਸਟ 5 ਈਅਰਸ ਬਿਫੋਰ 26 ਜਨ 1950। ਯਾਨੀ ਕਿ ਉਹ ਇਹ ਕੰਡੀਸ਼ਨ ਨੇ ਔਰ ਵਾਲੀਆਂ ਵੀ ਇਹਨਾਂ 'ਚ ਕੋਈ ਵੀ ਹੈਗੀ ਹੈ। ਜਿਹੜੀ ਤੀਸਰੀ ਕੰਡੀਸ਼ਨ ਇਹ ਪੜ੍ਹਦਾ ਕਹਿੰਦੇ ਔਰ ਹੀ ਹੈਜ਼ ਬੀਨ ਰੈਜ਼ੀਡੈਂਟ ਆਫ ਇੰਡੀਆ ਉਹ ਇੰਡੀਆ ਦਾ ਨਾਗਰਿਕ ਇੰਡੀਆ ਦੇ ਵਿੱਚ ਰਹਿਣਾ ਚਾਹੀਦਾ ਪਿਛਲੇ 5 ਸਾਲਾਂ ਦੇ ਵਿੱਚ। ਕਦੋਂ? 26 ਜਨਵਰੀ 1950 ਤੋਂ ਪਹਿਲਾਂ ਉਹ ਪਿਛਲੇ 5 ਸਾਲ ਦੇਸ਼ ਦੇ ਵਿੱਚ ਰਹਿਣਾ ਚਾਹੀਦਾ ਤਾਂ ਉਹਨੂੰ ਇੰਡੀਆ ਦਾ ਸਿਟੀਜ਼ਨ ਮੰਨਿਆ ਜਾਊਗਾ। ਇਹ ਇਕੱਲੀ ਇਕੱਲੀ ਡੇਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਕੁਸਚਨ ਬਹੁਤ ਹੀ ਟ੍ਰਿਕੀ ਪੁੱਛੇ ਹੋਏ ਨੇ ਅੱਗੇ ਜਾ ਕੇ ਮੈਨੇ। ਫਿਰ ਆ ਗਿਆ ਜੀ ਆਰਟੀਕਲ 6, ਇਹ ਕੀ ਕਹਿੰਦਾ? ਕਹਿੰਦੇ ਇਹ ਪਰਸਨ ਹੂ ਮਾਈਗ੍ਰੇਟਿਡ ਫਰੋਮ ਪਾਕਿਸਤਾਨ ਵਿਲ ਬੀ ਸਿਟੀਜ਼ਨ ਆਫ ਇੰਡੀਆ ਇਫ ਹੀ ਮਾਈਗ੍ਰੇਟਿਡ ਬਿਫੋਰ 19 ਜੁਲਾਈ 1948। ਇਹ ਤਰੀਕ ਨਾ ਭੁੱਲੇ, ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਡਾਇਰੈਕਟ ਤਰੀਕ ਹੀ ਪੁੱਛੀ ਜਾਂਦੀ ਹੁੰਦੀ ਹੈ। ਇਹ ਆਰਟੀਕਲ ਇਹ ਕਹਿੰਦਾ ਜੀ ਵੀ 19 ਜੁਲਾਈ 1948 ਤੋਂ ਪਹਿਲਾਂ ਕੋਈ ਬੰਦਾ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਇੰਡੀਆ ਦੇ ਵਿੱਚ ਆਇਆ ਹੋਵੇ ਤਾਂ ਉਹ ਬੰਦੇ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਅਵੇਲੇਬਲ ਹੈ। ਠੀਕ ਹੈ, ਸੋ ਉਹ ਬੰਦਾ ਇੰਡੀਆ ਦਾ ਸਿਟੀਜ਼ਨ ਹੀ ਕਹੂਗਾ। ਇਹ ਤਰੀਕ ਹੀ ਕਿਉਂ ਚੁਣੇਗੀ 19 ਜੁਲਾਈ 1948? ਕਿਉਂਕਿ ਇਸ ਤਰੀਕ ਤੋਂ 19 ਜੁਲਾਈ 1948 ਤੋਂ ਬਾਅਦ ਇੰਡੀਆ ਦੇ ਵਿੱਚ ਪਰਮਿਟ ਸਿਸਟਮ ਇੰਟਰੋਡਿਊਸ ਹੋ ਗਿਆ ਜੀ। ਯਾਨੀ ਕਿ ਹੁਣ ਇਹ ਤਰੀਕ ਤੋਂ ਬਾਅਦ ਜਿਹੜਾ ਵੀ ਬੰਦਾ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਇਆ ਸੀ 19 ਜੁਲਾਈ 1948 ਤੋਂ ਬਾਅਦ ਤਾਂ ਉਹਨੂੰ ਪਹਿਲਾਂ ਘੱਟੋ ਘੱਟ 6 ਮਹੀਨੇ ਇੰਡੀਆ ਦੇ ਵਿੱਚ ਰਹਿਣਾ ਪੈਂਦਾ ਸੀਗਾ ਤਾਂ ਉਸ ਤੋਂ ਬਾਅਦ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲਦੀ ਸੀ। ਹਾਂ, ਜਿਹੜਾ 19 ਜੁਲਾਈ 1948 ਤੋਂ ਪਹਿਲਾਂ ਇੰਡੀਆ ਦੇ ਵਿੱਚ ਆ ਗਿਆ ਤਾਂ ਉਹਨੂੰ ਸਿੱਧੀ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜੂਗੀ। ਇਹ ਆਰਟੀਕਲ 6 ਕਹਿੰਦਾ। ਆਰਟੀਕਲ 7 ਕੀ ਕਹਿੰਦਾ? ਕਹਿੰਦੇ ਇਹ ਪਰਸਨ ਹੂ ਮਾਈਗ੍ਰੇਟਿਡ ਟੂ ਪਾਕਿਸਤਾਨ ਆਫਟਰ 1 ਮਾਰਚ 1947। ਯਾਨੀ ਕਿ 1 ਮਾਰਚ 1947 ਤੋਂ ਬਾਅਦ ਜਿਹੜਾ ਬੰਦਾ ਇੰਡੀਆ ਨੂੰ ਛੱਡ ਕੇ ਪਾਕਿਸਤਾਨ ਚਲਾ ਗਿਆ, ਪਾਕਿਸਤਾਨ ਵੱਲ ਮਾਈਗ੍ਰੇਟ ਕਰ ਗਿਆ, ਬਟ ਬਾਅਦ ਦੇ ਵਿੱਚ ਉਹਨੂੰ ਲੱਗਿਆ ਵੀ ਪਾਕਿਸਤਾਨ ਚ ਆ ਕੇ ਤਾਂ ਮੈਂ ਪਛਤਾਇਆ, ਭਾਈ ਉਹ ਤਾਂ ਕੰਡੀਸ਼ਨ ਬਹੁਤ ਖਰਾਬ ਹੈ, ਮੈਂ ਵਾਪਿਸ ਭਾਰਤ ਜਾਣਾ ਚਾਹੁੰਦਾ।
ਤਾਂ ਉਹ ਬੰਦੇ ਨੂੰ ਕਿਵੇਂ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੂਗੀ? ਤਾਂ ਇਹ ਚੀਜ਼ ਆਰਟੀਕਲ 7 ਦੇ ਵਿੱਚ ਲਿਖੀ ਹੋਈ ਹੈ ਜੀ, ਵੀ ਉਹ ਬੰਦੇ ਨੂੰ ਵਾਪਸ ਇੰਡੀਆ ਦੇ ਵਿੱਚ ਆ ਕੇ ਪਹਿਲਾਂ 6 ਮਹੀਨੇ ਲਗਾਤਾਰ ਇੰਡੀਆ ਦਾ ਉਹਨੂੰ ਰੈਜ਼ੀਡੈਂਟ ਬਣਨਾ ਪਊਗਾ, ਇੰਡੀਆ ਦੇ ਵਿੱਚ ਰਹਿਣਾ ਪਊਗਾ, ਫਿਰ ਉਹਨੂੰ ਕਿਤੇ ਜਾ ਕੇ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੂਗੀ। ਅੱਛਾ, ਹੁਣ ਇੱਥੇ ਇੱਕ ਗੱਲ ਇਹ ਲਿਖੀ ਹੋਈ ਹੈ ਆਰਟੀਕਲ 7 ਦੇ ਵਿੱਚ, ਕਹਿੰਦੇ ਦਾ ਕੁਐਸਚਨ ਆਫ ਸਿਟੀਜ਼ਨਸ਼ਿਪ ਆਫ ਪਰਸਨਸ ਹੂ ਮਾਈਗ੍ਰੇਟਡ ਆਫਟਰ 26 ਜਨਵਰੀ 1950 ਹੈਜ਼ ਟੂ ਬੀ ਡਿਸਾਈਡਡ ਅੰਡਰ ਦਾ ਪ੍ਰੋਵੀਜ਼ਨਸ ਆਫ ਸਿਟੀਜ਼ਨਸ਼ਿਪ ਐਕਟ 1955। ਅੱਛਾ, 1 ਮਾਰਚ 1947 ਤੋਂ ਬਾਅਦ ਜਿਹੜਾ ਮਾਈਗ੍ਰੇਟ ਕਰਿਆ ਪਾਕਿਸਤਾਨ ਦੇ ਵਿੱਚ ਫਿਰ ਇੰਡੀਆ ਦੇ ਵਿੱਚ ਆ ਗਿਆ, ਉਹਦੇ ਬਾਰੇ ਤਾਂ ਲਿਖਿਆ ਹੋਇਆ ਵੀ 6 ਮਹੀਨੇ ਉਹ ਇੰਡੀਆ ਦੇ ਵਿੱਚ ਰਹਿਣਾ ਪਊਗਾ, ਫਿਰ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜੂਗੀ। ਬਟ ਜਿਹੜੀ ਪਿੱਛੇ ਪਤਰੀ ਦੇਖੀ ਸੀ 26 ਜਨਵਰੀ 1950, ਜਿਹੜੇ ਦਿਨ ਆਪਣੇ ਦੇਸ਼ ਦਾ ਸੰਵਿਧਾਨ ਕਮੈਂਸ ਹੋਇਆ ਸੀ, ਉਸ ਤੋਂ ਬਾਅਦ ਜੇ ਕੋਈ ਭਾਰਤ ਵਿੱਚ ਆਉਂਦਾ ਮਾਈਗ੍ਰੇਟ ਕਰਕੇ ਪਾਕਿਸਤਾਨ ਤੋਂ, ਫਿਰ ਉਹਦੇ ਵਾਸਤੇ ਜਿਹੜੇ ਵੀ ਪ੍ਰੋਵੀਜ਼ਨ ਹੈਗੇ ਉਹਨੂੰ ਸਿਟੀਜ਼ਨਸ਼ਿਪ ਕਿਵੇਂ ਦੇਣੀ ਹੈ, ਉਹਦੀ ਸਿਟੀਜ਼ਨਸ਼ਿਪ ਜੇ ਖੋਣੀ ਵੀ ਹੈ ਕਿਵੇਂ ਖੋਣੀ ਹੈ, ਤਾਂ ਉਹਦੇ ਸਾਰੇ ਜਿਹੜੇ ਪ੍ਰੋਵੀਜ਼ਨ ਨੇ ਉਹ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ ਲਿਖੇ ਹੋਏ ਨੇਗੇ। ਤੇ ਇੱਕ ਗੱਲ ਆਪਾਂ ਨੇ ਪਿੱਛੇ ਇਹ ਜ਼ਰੂਰ ਪੜ੍ਹਨੀ ਸੀਗੀ ਵੀ ਜਿਹੜੇ ਪਾਰਲੀਮੈਂਟ ਇਹ ਐਕਟ ਲਿਆਉਂਦਾ ਨਾ ਸਿਟੀਜ਼ਨਸ਼ਿਪ ਐਕਟ, ਇਹਨੂੰ ਅਮੈਂਡ ਕਰਦਾ, ਤਾਂ ਇਹਦੇ ਵਾਸਤੇ ਕੌਂਸਟੀਟਿਊਸ਼ਨ ਅਮੈਂਡਮੈਂਟ ਦੀ ਲੋੜ ਨਹੀਂ, ਸਿੰਪਲ ਮੈਜੋਰਟੀ ਦੇ ਨਾਲ ਇਹ ਐਕਟ ਨੂੰ ਅਮੈਂਡ ਕਰਿਆ ਜਾ ਸਕਦਾ, ਕਿਉਂਕਿ ਸੰਵਿਧਾਨ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਜੀ ਵੀ ਪਾਰਲੀਮੈਂਟ ਨੂੰ ਕੌਂਸਟੀਟਿਊਸ਼ਨ ਪਾਵਰ, ਮਤਲਬ ਇਹ ਪਾਵਰ ਦਿੰਦਾ ਵੀ ਸਿਟੀਜ਼ਨਸ਼ਿਪ ਦੇ ਮੈਟਰ ਦੇ ਉੱਪਰ ਕੋਈ ਵੀ ਲਾਅ, ਕੋਈ ਵੀ ਕਾਨੂੰਨ ਬਣਾਉਣਾ ਹੈ ਤਾਂ ਪਾਰਲੀਮੈਂਟ ਬਣਾ ਸਕਦੀ ਹੈ ਬਾਏ ਇਹ ਲਾਅ, ਕਨੈਕਟਿੰਗ ਇਹ ਲਾਅ। ਠੀਕ ਹੈ, ਇਹ ਗੱਲ ਕਲੀਅਰ ਕਰ ਲਈ ਪੱਪਾ ਨੇ ਇੱਥੇ ਹੀ। ਠੀਕ ਹੈ, ਸੋ ਅੱਗੇ ਚੱਲਦੇ ਹਾਂ ਜੀ, ਅੱਗੇ ਆ ਗਿਆ ਜੀ ਆਰਟੀਕਲ 8। ਆਰਟੀਕਲ 8 ਕੀ ਕਹਿੰਦਾ? ਕਹਿੰਦੇ ਇਹ ਪਰਸਨ ਹੂ ਔਰ ਹਿਸ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ, ਕੋਈ ਬੱਚਾ, ਉਹਦੇ ਮਾਂ ਪਿਓ, ਉਹਦੇ ਦਾਦਾ ਦਾਦੀ, ਵਾਸ ਬੋਰਨ ਇਨ ਬ੍ਰਿਟਿਸ਼ ਇੰਡੀਆ, ਅੰਗਰੇਜ਼ਾਂ ਦੇ ਸਮੇਂ ਦੇ ਵਿੱਚ, ਠੀਕ ਹੈ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹਦੇ ਮਾਪੇ ਜਾਂ ਉਹਦੇ ਗ੍ਰੈਂਡ ਪੇਰੈਂਟਸ ਇੰਡੀਆ ਦੇ ਬ੍ਰਿਟਿਸ਼ ਇੰਡੀਆ ਦੇ ਵਿੱਚ ਜੰਮੇ ਹੋਣ, ਬਟ ਉਹ ਅੱਜ ਦੇ ਸਮੇਂ ਇੰਡੀਆ ਤੋਂ ਬਾਹਰ ਰਹਿ ਰਹੇ ਨੇ, ਕਿਸੇ ਹੋਰ ਦੇਸ਼ਾਂ ਦੇ ਵਿੱਚ, ਕੋਈ ਇੰਗਲੈਂਡ ਵੱਸ ਗਿਆ, ਕੋਈ ਅਮਰੀਕਾ ਵੱਸ ਗਿਆ, ਤਾਂ ਉਹਨਾਂ ਲੋਕਾਂ ਵਾਸਤੇ ਵੀ ਅੱਜ ਵੀ ਇੰਡੀਆ ਦੀ ਸਿਟੀਜ਼ਨਸ਼ਿਪ ਅਵੇਲੇਬਲ ਹੈਗੀ ਹੈ, ਉਹ ਇੰਡੀਆ ਦੇ ਵਿੱਚ ਸਿਟੀਜ਼ਨਸ਼ਿਪ ਆਪਣੀ ਰਜਿਸਟਰ ਕਰਾ ਸਕਦੇ ਨੇਗੇ ਬਾਏ ਡਿਪਲੋਮੈਟਿਕ ਰੀਪ੍ਰੈਜੈਂਟੇਟਿਵ ਆਫ ਇੰਡੀਆ ਇਨ ਦੈਟ ਕੰਟਰੀ। ਠੀਕ ਹੈ, ਸੋ ਇਹ ਕਹਿੰਦਾ ਜੀ ਆਰਟੀਕਲ 8। ਆਰਟੀਕਲ 9 ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹ ਡੀਲ ਕਰਦਾ ਜੀ ਸਿੰਗਲ ਸਿਟੀਜ਼ਨਸ਼ਿਪ ਦੇ ਨਾਲ। ਆਰਟੀਕਲ 9 ਇਹ ਕਹਿੰਦਾ ਜੀ, ਨੋ ਪਰਸਨ ਸ਼ੈਲ ਬੀ ਸਿਟੀਜ਼ਨ ਆਫ ਇੰਡੀਆ ਇਫ ਹੀ ਹੈਜ਼ ਐਕਵਾਇਰਡ ਸਿਟੀਜ਼ਨਸ਼ਿਪ ਆਫ ਫੋਰਨ ਟੈਰੀਟਰੀ। ਮਤਲਬ ਸਮਝੋ ਧਿਆਨ ਦਰ, ਹੁਣ ਕਈ ਦੇਸ਼ ਨੇ ਦੁਨੀਆਂ ਦੇ ਜਿਨ੍ਹਾਂ ਦੇ ਵਿੱਚ ਡੂਅਲ ਸਿਟੀਜ਼ਨਸ਼ਿਪ ਹੈ, ਅਮੈਰੀਕਾ ਦੇ ਵਿੱਚ ਡੂਅਲ ਸਿਟੀਜ਼ਨਸ਼ਿਪ ਹੈ, ਹੋਰ ਕਈ ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਡੂਅਲ ਸਿਟੀਜ਼ਨਸ਼ਿਪ ਹੈ, ਬਟ ਆਪਣੇ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਸਿੰਗਲ ਸਿਟੀਜ਼ਨਸ਼ਿਪ ਦਾ ਮਤਲਬ ਸਮਝੋ ਤੁਸੀਂ ਧਿਆਨ, ਆਪਣੇ ਇੰਡੀਆ ਦੇ ਵਿੱਚ 28 ਸਟੇਟਾਂ ਨੇ, ਹੁਣ ਇਹਨਾਂ 28 ਸਟੇਟਾਂ ਦੇ ਵਿੱਚ ਕੋਈ ਵੀ ਫਰਜ਼ ਕਰੋ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਕੱਲ ਨੂੰ ਮਹਾਰਾਸ਼ਟਰ ਚ ਕੋਈ ਸਰਕਾਰੀ ਪੋਸਟ ਨਿਕਲੇ, ਤੁਹਾਡਾ ਉਈ ਜੀ ਕਰਿਆ ਵੀ ਭਾਈ ਅਸੀਂ ਮਹਾਰਾਸ਼ਟਰ ਦੇ ਵਿੱਚ ਵੀ ਜਾ ਕੇ ਉਹ ਪੇਪਰ ਅਪਲਾਈ ਕਰਨਾ, ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਮਹਾਰਾਸ਼ਟਰ ਦੇ ਵਿੱਚ ਉਹ ਜਿਹੜੀ ਪੋਸਟ ਹੈ ਉਹਨੂੰ ਅਪਲਾਈ ਕਰਨ ਦੇ ਲਈ। ਬਟ ਹੁਣ ਜੇ ਆਪਣੇ ਇੰਡੀਆ ਦੇ ਵਿੱਚ ਡੂਅਲ ਸਿਟੀਜ਼ਨਸ਼ਿਪ ਹੁੰਦੀ, ਮਤਲਬ ਹਰੇਕ ਸਟੇਟਾਂ ਦੇ ਵਿੱਚ ਅਲੱਗ ਸਿਟੀਜ਼ਨਸ਼ਿਪ ਰੂਲ ਹੁੰਦੇ, ਇੰਡੀਆ ਦਾ ਓਵਰਆਲ ਅਲੱਗ ਸਿਟੀਜ਼ਨਸ਼ਿਪ ਰੂਲ ਹੁੰਦਾ, ਤਾਂ ਇਹਦੇ ਨਾਲ ਜਿਹੜਾ ਦੇਸ਼ ਦਾ ਆਪਣਾ ਯੂਨੀਅਨ ਸਟਰਕਚਰ ਹੈਗਾ ਉਹ ਯੂਨਿਟੀ ਸੀਗੀ ਉਹ ਖਰਾਬ ਹੁੰਦੀ ਸੀ। ਦੂਸਰਾ, ਕਈ ਸਟੇਟਾਂ ਦੇ ਫਿਰ ਇਹੋ ਜਿਹੇ ਕਾਨੂੰਨ ਲੈ ਆਉਣੇ ਸੀਗੇ ਵੀ ਫਰਜ਼ ਕਰੋ ਮਹਾਰਾਸ਼ਟਰ ਦਾ ਇਹ ਕਾਨੂੰਨ ਹੋ ਜਾਂਦਾ ਵੀ ਸਾਡੇ ਜਿਹੜੇ ਦੇਸ਼ ਦੇ ਸਟੇਟ ਦੇ ਵਿੱਚ ਜਿਹੜੇ ਵੋਟਾਂ ਪਾਉਣਗੇ ਉਹ ਸਿਰਫ ਸਾਡੀ ਸਟੇਟ ਦੇ ਰੈਜ਼ੀਡੈਂਟ ਪਾਉਣਗੇ, ਹੋਰ ਕਈ ਮੈਟਰਸ ਦੇ ਉੱਪਰ ਜਿਵੇਂ ਕਿ ਕੋਈ ਫਲਾਣਾ ਪੋਸਟ ਹੈਗੀ, ਕੋਈ ਸਰਕਾਰੀ ਆਫਿਸ ਹੈ, ਉਹਦੇ ਵਿੱਚ ਸਿਰਫ ਜਿਹੜੇ ਸਾਡੇ ਮਹਾਰਾਸ਼ਟਰ ਦੇ ਲੋਕ ਨੇ ਉਹੀ ਅਪਲਾਈ ਕਰ ਸਕਦੇ ਉਹ ਪੋਸਟ ਵਾਸਤੇ। ਸੋ ਉਹ ਚੀਜ਼ਾਂ ਦੇ ਕਰਕੇ ਹੀ ਆਪਣੇ ਇੰਡੀਆ ਦਾ ਜਿਹੜਾ ਇਹ ਇੰਡੀਆ ਦੇ ਵਿੱਚ ਜਿਹੜਾ ਇਹ ਡੂਅਲ ਸਿਟੀਜ਼ਨਸ਼ਿਪ ਵਾਲਾ ਕਨਸੈਪਟ ਸੀ ਇਹ ਫੋਲੋ ਨਹੀਂ ਕਰਿਆ ਜਾਂਦਾ, ਤਾਂ ਕਰਕੇ ਇੰਡੀਆ ਦੀ ਸਿਰਫ ਇੱਕੋ ਸਿਟੀਜ਼ਨਸ਼ਿਪ ਹੈ। ਹੁਣ ਇਹਦਾ ਮਤਲਬ ਇਹ ਵੀ ਸਮਝੋ ਵੀ ਫਰਜ਼ ਕਰੋ ਤੁਹਾਡੇ ਕੋਲ ਅੱਜ ਦੇ ਸਮੇਂ ਇੰਡੀਆ ਦੀ ਸਿਟੀਜ਼ਨਸ਼ਿਪ ਹੈ, ਕੱਲ ਨੂੰ ਤੁਸੀਂ ਕਿਸੇ ਹੋਰ ਦੇਸ਼ ਦੇ ਸਿਟੀਜ਼ਨ ਬਣ ਗਏ, ਕੈਨੇਡਾ, ਅਮੈਰੀਕਾ, ਜਿਹਦੇ ਵੀ ਸਿਟੀਜ਼ਨ ਬਣ ਗਏ, ਤਾਂ ਇਹਦਾ ਮਤਲਬ ਇਹ ਹੈ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੇ ਸਿਟੀਜ਼ਨ ਬਣ ਗਏ ਤਾਂ ਤੁਹਾਡੀ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਆਟੋਮੈਟਿਕਲੀ ਤੁਹਾਡੀ ਹੋਈ ਜਾਊਗੀ। ਠੀਕ ਹੈ, ਮਤਲਬ ਆਪਣੇ ਦੇਸ਼ ਦੇ ਵਿੱਚ ਸਿਰਫ ਸਿੰਗਲ ਸਿਟੀਜ਼ਨਸ਼ਿਪ ਹੈ, ਡੂਅਲ ਸਿਟੀਜ਼ਨਸ਼ਿਪ ਵਾਲਾ ਕਨਸੈਪਟ ਨਹੀਂ ਹੈਗਾ। ਮਤਲਬ ਇੱਕੋ ਸਮੇਂ ਤੁਸੀਂ ਦੋ ਦੇਸ਼ਾਂ ਦੇ ਸਿਟੀਜ਼ਨ ਨਹੀਂ ਹੋ ਸਕਦੇ, ਜਾਂ ਤਾਂ ਤੁਸੀਂ ਇੰਡੀਆ ਦੇ ਸਿਟੀਜ਼ਨ ਰਹੋਗੇ ਜਾਂ ਤੁਸੀਂ ਕੈਨੇਡਾ ਦੇ ਸਿਟੀਜ਼ਨ ਰਹੋਗੇ, ਦੋਵੇਂ ਦੇਸ਼ਾਂ ਦੇ ਇੱਕੋ ਸਮੇਂ ਤੁਸੀਂ ਸਿਟੀਜ਼ਨ ਨਹੀਂ ਰਹਿ ਸਕਦੇ, ਇਹ ਆਰਟੀਕਲ 9 ਕਹਿੰਦਾ। ਹੁਣ ਆਰਟੀਕਲ 10 ਤੇ ਆਰਟੀਕਲ 11 ਇਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਜੀ, ਇਹ ਉਸੇ ਚੀਜ਼ ਨੂੰ ਸਟਰੋਂਗ ਕਰਨ ਦੇ ਲਈ ਦੱਸੇ ਹੋਏ ਨੇ ਜਿਹੜੇ ਆਪਾਂ ਨੇ ਆਹ ਪ੍ਰੋਵੀਜ਼ਨ ਪੜ੍ਹੇ ਨੇ ਪਿੱਛੇ। ਆਰਟੀਕਲ 10 ਤੇ 11 ਦੇ ਵਿੱਚ ਬੇਸਿਕਲੀ ਇਹ ਲਿਖਿਆ ਹੋਇਆ ਜੀ ਵੀ ਸਿਟੀਜ਼ਨਸ਼ਿਪ ਨੂੰ ਲੈ ਕੇ ਕੋਈ ਵੀ ਲਾਅ ਬਣਾਉਣਾ ਹੈ, ਕੋਈ ਪਰਸਨ ਰਹੂਗਾ ਜਾਂ ਸਬਜੈਕਟ ਟੂ ਇੰਡੀਅਨ ਸਿਟੀਜ਼ਨ, ਤਾਂ ਉਹਦੇ ਵਾਸਤੇ ਕੋਈ ਵੀ ਜਿਹੜਾ ਮੈਟਰ ਹੈਗਾ, ਕੋਈ ਵੀ ਲਾਅ ਬਣਾਉਣਾ, ਤਾਂ ਉਹ ਪਾਵਰ ਪਾਰਲੀਮੈਂਟ ਨੂੰ ਦਿੱਤੀ ਹੈ। ਇਹ ਆਰਟੀਕਲ ਦੀ ਆਪਾਂ ਲਾਈਨਾਂ ਪੜ੍ਹ ਲੈਣਾ। ਆਰਟੀਕਲ 10 ਇਹ ਕਹਿੰਦਾ ਜੀ, ਐਵਰੀ ਪਰਸਨ ਹੂ ਇਜ਼ ਔਰ ਡੀਮਡ ਟੂ ਬੀ ਅ ਸਿਟੀਜ਼ਨ ਆਫ ਇੰਡੀਆ
shall continue to be such citizen subject to the provision of any law made by parliament. ਯਾਨੀ ਕਿ ਇੱਕ ਗੱਲ ਆਪਾਂ ਨੂੰ ਕਲੀਅਰ ਹੋ ਗਈ ਵੀ ਸਿਟੀਜ਼ਨਸ਼ਿਪ ਦੇ ਉੱਪਰ ਲਾਅ ਕੌਣ ਬਣਾ ਸਕਦਾ ਹੈ, ਉਹ ਬਣਾ ਸਕਦੀ ਹੈ ਸਿਰਫ ਤੇ ਸਿਰਫ ਪਾਰਲੀਮੈਂਟ ਹੈ, ਪੇਪਰ 'ਚ ਕੁਐਸਚਨ ਆਉਂਦਾ ਹੁੰਦਾ। ਆਰਟੀਕਲ 11 ਦੇ ਵਿੱਚ ਵੀ ਕੁਝ ਲਿਖਿਆ ਹੋਇਆ, ਕਹਿੰਦੇ ਪਾਰਲੀਮੈਂਟ ਸ਼ੈਲ ਹੈਵ ਦਾ ਪਾਵਰ ਟੂ ਮੇਕ ਐਨੀ ਪ੍ਰੋਵੀਜ਼ਨ ਵਿਦ ਰਿਸਪੈਕਟ ਟੂ ਦਾ ਐਕੁਆਇਜ਼ੇਸ਼ਨ ਐਂਡ ਟਰਮੀਨੇਸ਼ਨ ਆਫ ਸਿਟੀਜ਼ਨਸ਼ਿਪ ਐਂਡ ਆਲ ਅਦਰ ਮੈਟਰਸ ਰਿਲੇਟਿੰਗ ਟੂ ਸਿਟੀਜ਼ਨਸ਼ਿਪ। ਇਹ ਗੱਲ ਤੁਹਾਨੂੰ ਹੁਣ ਹੋ ਗਈ ਹੋਣੀ ਕਲੀਅਰ। ਸੋ ਜਿਹੜੇ ਆਰਟੀਕਲ 10 ਤੇ 11 ਨੇ ਇਹਨਾਂ ਨੂੰ ਆਧਾਰ 'ਚ ਰੱਖਦੇ ਹੋਏ ਪਾਰਲੀਮੈਂਟ ਨੂੰ ਪਾਵਰ ਦਿੱਤੀ ਹੈ ਵੀ ਸਿਟੀਜ਼ਨਸ਼ਿਪ ਦੇ ਮੈਟਰ ਨੂੰ ਲੈ ਕੇ ਕੋਈ ਵੀ ਕਾਨੂੰਨ ਬਣਾਇਆ ਜਾ ਸਕਦਾ ਪਾਰਲੀਮੈਂਟ ਦੁਆਰਾ। ਤਾਂ ਕਰਕੇ ਪਾਰਲੀਮੈਂਟ ਨੇ ਪਹਿਲੀ ਵਾਰ ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਪਾਸ ਕਰਾਇਆ ਪਾਰਲੀਮੈਂਟ ਦੇ ਵਿੱਚ, ਤੇ ਟਾਈਮ ਟੂ ਟਾਈਮ ਇਸ ਐਕਟ ਨੂੰ ਅਮੈਂਡ ਕੀਤਾ ਗਿਆ ਕਿਉਂਕਿ ਵੱਖੋ ਵੱਖਰੇ ਕਈ ਵਾਰ ਦੇਸ਼ ਦੇ ਵਿੱਚ ਮਾਈਗ੍ਰੈਂਟਸ ਆਏ, ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਦੇਣੀ ਪਈ। ਸੋ ਤਾਂ ਕਰਕੇ 1986 ਵਿੱਚ ਪਹਿਲੀ ਵਾਰ ਇਸ ਐਕਟ ਨੂੰ ਅਮੈਂਡ ਕੀਤਾ ਗਿਆ, ਫਿਰ 1992 ਦੇ ਵਿੱਚ, ਫਿਰ 2003 ਚ, ਫਿਰ 2005 ਚ, ਫਿਰ 2015 ਚ, ਤੇ ਫਿਰ 2019 ਚ, ਤੇ ਇਹ ਸਾਰੇ ਐਕਟਾਂ ਦਾ ਨਿਚੋੜ ਕੱਢ ਕੇ ਹੀ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ ਵੀ ਦੇਸ਼ ਦੇ ਵਿੱਚ ਕਿਵੇਂ ਕਿਵੇਂ ਕਿਸੇ ਬੰਦੇ ਨੂੰ ਆਪਣੇ ਦੇਸ਼ ਦੇ ਵਿੱਚ ਸਿਟੀਜ਼ਨਸ਼ਿਪ ਮਿਲਦੀ ਹੈ। ਸੋ ਜਿਹੜਾ ਇਹ ਸਿਟੀਜ਼ਨਸ਼ਿਪ ਐਕਟ 1955 ਸੀਗਾ, ਇਹ ਡੀਲ ਕਰਦਾ ਸੀਗਾ, ਇਹ ਪ੍ਰੋਵਾਈਡ ਕਰਦਾ ਸੀਗਾ ਕਿਸੇ ਬੰਦੇ ਨੂੰ ਆਪਣੇ ਇੰਡੀਆ ਦੀ, ਭਾਰਤ ਦੀ ਨਾਗਰਿਕਤਾ ਕਿਵੇਂ ਮਿਲਣੀ ਹੈ ਤੇ ਉਹਦੀ ਸਿਟੀਜ਼ਨਸ਼ਿਪ ਕਿਵੇਂ ਖੋਣੀ ਹੈ, ਉਹ ਸਾਰਾ ਕੁਝ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ ਲਿਖਿਆ ਗਿਆ ਸੀ। ਸੋ ਇੱਕ ਇੱਕ ਕਰਕੇ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਆਪਣੇ ਭਾਰਤ ਦੇ ਵਿੱਚ ਸਿਟੀਜ਼ਨਸ਼ਿਪ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਦਿੱਤੀ ਜਾ ਸਕਦੀ ਹੈ। ਹੁਣ ਆਪਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲੈਣਾ, ਤੁਸੀਂ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਲੈ ਲੈਣਾ, ਕਦੇ ਇਹ ਸੋਚਿਆ ਵੀ ਇੰਡੀਆ ਦੀ ਵੀ ਸਿਟੀਜ਼ਨਸ਼ਿਪ ਮਿਲਦੀ ਹੈਗੀ? ਹਾਂਜੀ ਮਿਲਦੀ ਹੈ, ਇੰਨੀ ਸਖਾਲੀ ਵੀ ਮਿਲਦੀ, ਇੰਡੀਆ ਦੀ ਸਿਟੀਜ਼ਨਸ਼ਿਪ ਬਹੁਤ ਔਖੀ ਮਿਲਦੀ ਹੈ, ਅੱਜ ਤੁਹਾਨੂੰ ਪਤਾ ਚੱਲ ਜਾਊਗਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਬਾਏ ਬਰਥ ਕਿਸੇ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਕਿਵੇਂ ਮਿਲਦੀ ਹੈ, ਇਹ ਮੈਂ ਤੁਹਾਨੂੰ ਵਿਦ ਐਗਜ਼ਾਮਪਲ ਸਮਝਾਉਂਗਾ। ਸੋ ਗੱਲ ਕਰਦੇ ਜਿਹੜੇ ਪੁਆਇੰਟ ਲਿਖੇ ਨੇ, ਸਭ ਤੋਂ ਪਹਿਲਾਂ ਕਹਿੰਦੇ 26 ਜਨਵਰੀ 1950 ਤੋਂ ਲੈ ਕੇ 1 ਜੁਲਾਈ 1987 ਤੱਕ ਕੋਈ ਵੀ ਬੰਦਾ ਇੰਡੀਆ ਦੇ ਵਿੱਚ ਜੰਮਿਆ ਹੋਵੇ ਤਾਂ ਉਹ ਇੰਡੀਆ ਦਾ ਸਿਟੀਜ਼ਨ ਹੈਗਾ। ਹੁਣ ਉਰੇ 1 ਜੁਲਾਈ 1987 ਡੇਟ ਕਿਉਂ ਚੁਣੀ ਗਈ? ਕਿਉਂਕਿ 1986 ਦੇ ਵਿੱਚ ਜਿਹੜਾ ਇਹ ਸਿਟੀਜ਼ਨਸ਼ਿਪ ਐਕਟ 1955 ਦਾ ਸੀਗਾ, ਇਹਨੂੰ ਅਮੈਂਡ ਕੀਤਾ ਗਿਆ ਸੀ। ਸੋ ਤਾਂ ਕਰਕੇ ਇਹ ਡੇਟਾ ਉਸੇ ਅਮੈਂਡਮੈਂਟ ਦੇ ਨਾਲ ਡੀਲ ਕਰਦੀਆਂ ਨੇ ਕਿ ਹੁਣ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। ਫਿਰ ਦੂਸਰਾ ਪੁਆਇੰਟ ਗੱਲ ਕਰਦੇ ਆ, ਕਹਿੰਦੇ 1 ਜੁਲਾਈ 1987 ਤੋਂ ਲੈ ਕੇ 3 ਦਸੰਬਰ 2004 ਤੱਕ ਇਹ ਪਰਸਨ ਹੂ ਇਜ਼ ਬੋਰਨ ਇਨ ਇੰਡੀਆ, ਇਹ ਟਾਈਮ ਲਾਈਨ ਦੇ ਵਿੱਚ ਕੋਈ ਵੀ ਪਰਸਨ ਇੰਡੀਆ ਦੇ ਵਿੱਚ ਕੋਈ ਵੀ ਜਵਾਕ ਜੰਮਿਆ ਹੋਵੇ ਤਾਂ ਉਹ ਇੰਡੀਆ ਦਾ ਸਿਟੀਜ਼ਨ ਹੋਊਗਾ ਜੇ ਉਹਦਾ ਕੋਈ ਵੀ ਪੇਰੈਂਟ ਇੰਡੀਆ ਦਾ ਸਿਟੀਜ਼ਨ ਹੋਵੇ। ਮਤਲਬ ਇਫ ਵਨ ਆਫ ਹਿਸ ਪੇਰੈਂਟਸ ਇਜ਼ ਇੰਡੀਅਨ ਸਿਟੀਜ਼ਨ, ਉਹਦਾ ਕੋਈ ਮਾਂ ਜਾਂ ਬਾਪ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ। ਐਗਜ਼ਾਮਪਲ ਦਿੰਦਾ, ਹੁਣ ਪਹਿਲੀ ਕੰਡੀਸ਼ਨ 'ਚ ਤੁਸੀਂ ਰਾਹੁਲ ਗਾਂਧੀ ਨੂੰ ਫਿੱਟ ਕਰ ਦਿਓ। ਹੁਣ ਰਾਹੁਲ ਗਾਂਧੀ ਫਰਜ਼ ਕਰੋ, ਅਜ਼ਿਊਮ ਕਰੋ ਵੀ 26 ਜਨਵਰੀ 1950 ਤੋਂ ਲੈ ਕੇ 1 ਜੁਲਾਈ 1987 ਤੱਕ ਰਾਹੁਲ ਗਾਂਧੀ ਦਾ ਜਨਮ ਹੋਇਆ ਹੋਵੇਗਾ ਤੇ ਇਹ ਟਾਈਮ ਲਾਈਨ ਦੇ ਵਿੱਚ ਰਾਹੁਲ ਗਾਂਧੀ ਜੰਮਿਆ ਹੈ ਤਾਂ ਰਾਹੁਲ ਗਾਂਧੀ ਇੰਡੀਆ ਦਾ ਸਿਟੀਜ਼ਨ ਹੈਗਾ। ਹੁਣ ਫਰਜ਼ ਕਰੋ ਰਾਹੁਲ ਗਾਂਧੀ ਇਹ ਦੂਸਰੀ ਟਾਈਮ ਲਾਈਨ ਦੇ ਵਿੱਚ ਜੰਮਿਆ ਹੋਇਆਗਾ 1 ਜੁਲਾਈ 1987 ਤੋਂ ਲੈ ਕੇ 3 ਦਸੰਬਰ 2004 ਤੱਕ, ਤਾਂ ਉਹ ਇੰਡੀਆ ਦਾ ਸਿਟੀਜ਼ਨ ਕਹਾਊਗਾ ਰਾਹੁਲ ਗਾਂਧੀ ਜੇ ਉਹਦਾ ਇੱਕ ਪੇਰੈਂਟ ਚਾਹੇ ਉਹਦੀ ਮਾਂ ਚਾਹੇ ਉਹਦਾ ਬਾਪ ਇੰਡੀਆ ਦਾ ਸਿਟੀਜ਼ਨ ਹੋਵੇ। ਠੀਕ ਹੈ, ਹੁਣ ਇਹਨਾਂ ਦੇ ਫਾਦਰ ਰਾਜੀਵ ਗਾਂਧੀ ਸੀਗੇ, ਇਹਨਾਂ ਦੀ ਮਾਤਾ ਜਿਹੜੇ ਆਪਣੇ ਸੋਨੀਆ ਗਾਂਧੀ ਜੀ ਸੀਗੇ ਉਹ ਇਟਲੀ 'ਚ ਜੰਮੇ ਸੀਗੇ, ਉਹ ਇੰਡੀਆ ਦੇ ਪਹਿਲਾਂ ਸਿਟੀਜ਼ਨ ਨਹੀਂ ਹੁੰਦੇ ਸੀਗੇ। ਸੋ ਆਪਾਂ ਜਸਟ ਐਗਜ਼ਾਮਪਲ ਕਰ ਰਹੇ ਹਾਂ ਕਿ ਆਪਾਂ ਮੰਨਣਾ ਨਹੀਂ ਹੈਗਾ, ਮਤਲਬ ਹੈਗਾ ਵੀ ਹੈ ਪਰ ਆਪਾਂ ਸਿਰਫ ਤੁਹਾਨੂੰ ਐਗਜ਼ਾਮਪਲ ਦੇ ਤੌਰ 'ਤੇ ਸਮਝਾ ਰਿਹਾ ਮੈਂ ਵੀ ਸੋਨੀਆ ਗਾਂਧੀ ਉਦੋਂ ਇੰਡੀਆ ਦੇ ਸਿਟੀਜ਼ਨ ਨਹੀਂ ਸੀ, ਇਹਨਾਂ ਦੇ ਇੱਕ ਪੇਰੈਂਟ ਇੰਡੀਆ ਦੇ ਸਿਟੀਜ਼ਨ ਸੀਗੇ, ਉਹ ਸੀਗੇ ਰਾਜੀਵ ਗਾਂਧੀ। ਠੀਕ ਹੈ, ਸੋ ਰਾਜੀਵ ਗਾਂਧੀ ਦੇ ਆਧਾਰ 'ਤੇ ਇਹਨਾਂ ਨੂੰ ਰਾਹੁਲ ਗਾਂਧੀ ਜੀ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜੂਗੀ। ਸੋ ਇੱਥੋਂ ਇੱਕ ਗੱਲ ਤੁਹਾਨੂੰ ਕਲੀਅਰ ਹੋ ਗਈ ਵੀ ਸਿਟੀਜ਼ਨਸ਼ਿਪ ਇੰਡੀਆ ਦੇ ਵਿੱਚ ਮੇਜਰਲੀ ਜਿਹੜੇ ਪੇਰੈਂਟਸ ਨੇ, ਐਨਸੈਸਟਰ ਨੇ, ਉਹਨਾਂ ਦੇ ਆਧਾਰ 'ਤੇ ਬੱਚੇ ਨੂੰ ਸਿਟੀਜ਼ਨਸ਼ਿਪ ਮਿਲਦੀ ਹੈ। ਅੱਗੇ ਗੱਲ ਕਰਦੇ ਹਾਂ, ਕਹਿੰਦੇ 3 ਦਸੰਬਰ 2004 ਤੋਂ ਬਾਅਦ ਇਹ ਚਾਈਲਡ ਬੋਰਨ ਇਨ ਇੰਡੀਆ ਇਜ਼ ਅ ਸਿਟੀਜ਼ਨ ਆਫ ਇੰਡੀਆ ਇਫ ਵਨ ਆਫ ਪੇਰੈਂਟ ਇਜ਼ ਇੰਡੀਅਨ ਸਿਟੀਜ਼ਨ ਐਂਡ ਅਦਰ ਇਜ਼ ਲੀਗਲੀ ਮਾਈਗ੍ਰੇਟਿਡ ਟੂ ਇੰਡੀਆ। ਬਹੁਤ ਹੀ ਇੰਪੋਰਟੈਂਟ ਗੱਲ ਹੈ, ਥੋੜ੍ਹਾ ਟਾਈਮ ਟੂ ਟਾਈਮ ਦੇਖੋ ਇਹ ਐਕਟ ਨੂੰ ਥੋੜ੍ਹਾ ਜਿਹਾ ਸਖ਼ਤ ਕਰਦੇ ਗਏ ਸੀਗੇ ਵੀ 2004 ਤੋਂ ਬਾਅਦ ਉਹ ਬੱਚਾ ਜਿਹੜਾ ਜਨਮ ਇੰਡੀਆ ਦੇ ਵਿੱਚ ਹੋਇਆ ਹੋਵੇ ਉਹ ਇੰਡੀਆ ਦਾ ਸਿਟੀਜ਼ਨ ਕਹਾਊਗਾ ਜੇ ਉਹਦਾ ਇੱਕ ਪੇਰੈਂਟ ਇੰਡੀਆ ਦਾ ਸਿਟੀਜ਼ਨ ਆਲਰੇਡੀ ਹੋਵੇ ਤੇ ਦੂਸਰਾ ਪੇਰੈਂਟ ਉਹਦਾ ਲੀਗਲੀ ਮਾਈਗ੍ਰੇਟ ਹੋਣਾ ਚਾਹੀਦਾ ਇੰਡੀਆ ਦੇ ਵਿੱਚ। ਐਂ ਨਹੀਂ ਹੈਗਾ 2 ਨੰਬਰ 'ਚ ਇੰਡੀਆ ਦੇ ਵਿੱਚ ਸ਼ਿਫਟ ਹੋ ਗਿਆ, ਫਰਜ਼ ਕਰੋ ਉਹਦੀ ਮਾਂ ਬੱਚੇ ਦੀ ਬਾਂਗਲਾਦੇਸ਼ ਤੋਂ ਇੰਡੀਆ ਦੇ ਵਿੱਚ ਆ ਗਈ ਬਟ ਇਲੀਗਲ ਤਰੀਕੇ ਦੇ ਨਾਲ ਆਈ ਹੈ ਤਾਂ ਉਹ ਬੱਚਾ ਇੰਡੀਆ ਦਾ ਸਿਟੀਜ਼ਨ ਨਹੀਂ ਕਹਾਊਗਾ। ਇਹ ਗੱਲ ਕਲੀਅਰ ਹੋ ਗਈ। ਫਿਰ ਅੱਗੇ ਗੱਲ ਕਰਦੇ, ਅਗਲਾ ਪੁਆਇੰਟ ਇੰਪੋਰਟੈਂਟ ਹੈ, ਕਹਿੰਦੇ ਜਿਹੜੇ ਫੋਰਨ ਡਿਪਲੋਮੈਟਸ ਹੁੰਦੇ ਨੇ ਦੂਸਰੀਆਂ ਕੰਟਰੀਆਂ ਦੇ, ਜਿਹੜੇ ਅੰਬੈਸਡਰ ਹੋ ਗਏ, ਹਾਈ ਕਮਿਸ਼ਨਰ ਹੋ ਗਏ, ਉਹਨਾਂ ਦੇ ਜਦੋਂ ਪੋਸਟਿੰਗ ਇੰਡੀਆ ਦੇ ਵਿੱਚ ਹੁੰਦੀ ਹੈਗੀ ਤਾਂ ਕਈ ਵਾਰ ਉਹਨਾਂ ਦਾ ਬੱਚਾ ਹੁੰਦਾ ਹੈਗਾ ਇੰਡੀਆ ਜਨਮ ਲੈਂਦਾ, ਉਰੇ ਪੜ੍ਹਾਈ ਲਿਖਾਈ ਕਰਦਾ, ਕਿ ਉਹਨਾਂ ਦੇ ਬੱਚਿਆਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਅਵੇਲੇਬਲ ਹੈਗੀ ਹੈ? ਬਿਲਕੁਲ ਵੀ ਨਹੀਂ।
ਚਿਲਡਰਨ ਆਫ ਫੋਰਨ ਡਿਪਲੋਮੈਟਸ ਜਿਹੜੇ ਕਿ ਇੰਡੀਆ ਵਿੱਚ ਪੋਸਟ ਹੋਏ ਹੋਣ ਤੇ ਐਨੀਮੀ ਏਲੀਅਨਸ ਜਿਨ੍ਹਾਂ ਬਾਰੇ ਆਪਾਂ ਪਿੱਛੇ ਡਿਸਕਸ ਕੀਤਾ ਇਹਨਾਂ ਦੇ ਜਵਾਕ ਠੀਕ ਹੈ ਇੰਡੀਆ ਦੀ ਸਿਟੀਜ਼ਨਸ਼ਿਪ ਬਾਏ ਬਰਥ ਐਕਵਾਇਰ ਨਹੀਂ ਕਰ ਸਕਦੇ ਇਹ ਬਹੁਤ ਇੰਪੋਰਟੈਂਟ ਗੱਲ ਸੀ ਧਿਆਨ ਚ ਰੱਖੋ ਅੱਗੇ ਵੱਧਦੇ ਹਾਂ ਬਾਈ ਦੂਸਰਾ ਆ ਗਿਆ ਜੀ ਸਿਟੀਜ਼ਨਸ਼ਿਪ ਇੰਡੀਆ ਦੇ ਕਿਵੇਂ ਮਿਲਦੀ ਹੈ ਬਾਏ ਡਿਸੈਂਟ ਕਿਸੇ ਬੱਚੇ ਦਾ ਜਨਮ ਇੰਡੀਆ ਦੇ ਬਾਹਰ ਹੋਇਆ ਹੋਵੇ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਕਿਵੇਂ ਮਿਲਦੀ ਹੈ ਇਹਨੂੰ ਸਮਝਦੇ ਹਾਂ ਬਟ ਪਹਿਲਾਂ ਇਹਨੂੰ ਸਮਝਾਉਣ ਤੋਂ ਪਹਿਲਾਂ ਇਹ ਤੁਹਾਨੂੰ ਸਮਝ ਹੀ ਤਾਂ ਆਊਗਾ ਤੁਹਾਨੂੰ ਜੇ ਸਿਟੀਜ਼ਨਸ਼ਿਪ ਦੇ ਬਾਏ ਬਰਥ ਦੇ ਬੇਸਿਕ ਦੋ ਪ੍ਰਿੰਸੀਪਲ ਪਤਾ ਹੋਣੇ ਚਾਹੀਦੇ ਨੇ ਸੋ ਆਪਾਂ ਯੂਐਸਏ ਦੀ ਐਗਜ਼ਾਮਪਲ ਤੋਂ ਲੈਂਦੇ ਹਾਂ ਪਹਿਲਾਂ ਤੁਹਾਨੂੰ ਸਮਝਾਉਣਾ ਮੈਂ ਵੀ ਯੂਐਸਏ ਦੇ ਵਿੱਚ ਸਿਟੀਜ਼ਨਸ਼ਿਪ ਪ੍ਰਿੰਸੀਪਲ ਬਾਏ ਬਰਥ ਕੀ ਹੈਗਾ ਕੀ ਸਿਸਟਮ ਚੱਲਦਾ ਹੈਗਾ ਜਿਵੇਂ ਆਪਾਂ ਸੁਣਦੇ ਨੀ ਅੱਗੇ ਆਪਾਂ ਆਮ ਜਦੋਂ ਰੋਜ਼ ਜਿਵੇਂ ਆਪਾਂ ਪਿੰਡਾਂ 'ਚ ਸ਼ਹਿਰਾਂ ਜਿਵੇਂ ਵੀ ਗੱਲਾਂ ਕਰਦੇ ਹੁੰਦੇ ਹਾਂ ਵੀ ਆਪਾਂ ਅਕਸਰ ਇੱਕ ਗੱਲ ਸੁਣੀ ਹੋਣੀ ਵੀ ਤੁਹਾਡੇ ਫਰਜ਼ ਕਰੋ ਤੁਸੀਂ ਘੁੰਮਣ ਜਾ ਰਹੇ ਹੋਗੇ ਕੋਈ ਕਪਲ ਘੁੰਮਣ ਜਾ ਰਿਹਾ ਉਸ ਕਪਲ ਦਾ ਮਤਲਬ ਬੱਚਾ ਹੋ ਜਾਂਦਾ ਠੀਕ ਹੈ ਲੇਡੀ ਦਾ ਅਮੈਰੀਕਾ ਘੁੰਮਣ ਗਿਆ ਹੋਇਆ ਤਾਂ ਉਹ ਅਮੈਰੀਕਾ ਦੀ ਧਰਤੀ ਦੇ ਉੱਪਰ ਜੇ ਉਹ ਲੇਡੀ ਦਾ ਜਵਾਕ ਜੰਮ ਲੈਂਦਾ ਹੈਗਾ ਤਾਂ ਉਹ ਅਮੈਰੀਕਾ ਦਾ ਸਿਟੀਜ਼ਨ ਕਹਾਉਂਦਾ ਇਹ ਗੱਲ ਆਪਾਂ ਨੇ ਬਹੁਤ ਵਾਰ ਸੁਣੀ ਹੋਈ ਹੈ ਬਟ ਇਹ ਟੈਕਨੀਕਲੀ ਟਰਮਾਂ ਦੇ ਵਿੱਚ ਆਪਾਂ ਇਹ ਚੀਜ਼ ਨੂੰ ਸਮਝ ਦਿਆਂਗੇ ਤੇ ਇੱਥੋਂ ਹੀ ਆਪਾਂ ਨੂੰ ਸਿਟੀਜ਼ਨਸ਼ਿਪ ਬਾਏ ਡਿਸੈਂਟ ਸਮਝ ਆਊਗੀ ਸੋ ਆਪਾਂ ਪਹਿਲਾਂ ਯੂਐਸਏ ਦਾ ਕਨਸੈਪਟ ਸਮਝਦੇ ਹਾਂ ਬੇਸਿਕਲੀ ਇਹ ਸਿਟੀਜ਼ਨਸ਼ਿਪ ਬਾਏ ਬਰਥ ਦੇ ਦੋ ਬੇਸਿਕ ਪ੍ਰਿੰਸੀਪਲ ਨੇਗੇ ਉਹਨਾਂ ਦੇ ਨਾਮ ਨੇ ਸਭ ਤੋਂ ਪਹਿਲਾਂ ਤਾਂ ਹੈਗਾ ਜੀ ਯਸ ਸੋਲੀ ਤੇ ਦੂਸਰਾ ਹੈਗਾ ਜੀ ਯਸ ਸੈਂਗੁਇਨ ਹੁਣ ਯਸ ਸੋਲੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂਗੇ ਇਹ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਨੇ ਇਹ ਦੋਹੇ ਟਰਮਾਂ ਤੁਹਾਡੇ ਤੋਂ ਇਹ ਕੁਐਸਚਨ ਦੇ ਰੂਪ ਦੇ ਵਿੱਚ ਵੀ ਪੁੱਛੇ ਜਾ ਸਕਦੇ ਨੇ ਕਿਉਂ ਕਿਉਂਕਿ ਹੁਣ ਟਰੰਪ ਸਾਹਿਬ ਇਹ ਕਹਿੰਦੇ ਨੇ ਵੀ ਅਸੀਂ ਜਿਹੜੇ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਹੈ ਇਹਨੂੰ ਅਬੋਲਿਸ਼ ਕਰਾਂਗੇ ਯਸ ਸੋਲੀ ਜੀ ਨੂੰ ਆਪਾਂ ਅੱਗੇ ਜਾ ਕੇ ਸਮਝਾਂਗੇ ਇਹ ਸਿਸਟਮ ਨੂੰ ਅਸੀਂ ਅਬੋਲਿਸ਼ ਕਰਾਂਗੇ ਕਾਹਦੇ ਵਾਸਤੇ ਤਾਂ ਕਿ ਜਿਹੜੇ ਇਲੀਗਲ ਮਾਈਗ੍ਰੈਂਟਸ ਮੈਕਸੀਕੋ ਵਰਗੇ ਦੇਸ਼ਾਂ 'ਚੋਂ ਅਮੈਰੀਕਾ ਦੇ ਵਿੱਚ ਆਉਂਦੇ ਨੇ ਉਰੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਬੱਚਾ ਹੈ ਉਹ ਜਨਮ ਲੈ ਜਾਂਦਾ ਤਾਂ ਉਹ ਆਟੋਮੈਟਿਕਲੀ ਅਮੈਰੀਕਾ ਦਾ ਨਾਗਰਿਕ ਬਣ ਜਾਂਦਾ ਉਸ ਚੀਜ਼ ਨੂੰ ਰੋਕਣ ਦੇ ਲਈ ਅਮੈਰੀਕਾ ਜਿਹੜਾ ਇਹ ਟਰੰਪ ਸਾਹਿਬ ਕਹਿੰਦੇ ਨੇ ਅਸੀਂ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਜਿਹੜਾ ਇਹ ਸਿਸਟਮ ਹੈਗਾ ਇਹਨੂੰ ਅਬੋਲਿਸ਼ ਕਰਾਂਗੇ ਹੁਣ ਇਹਨਾਂ ਨੂੰ ਸਮਝਣਾ ਕੀ ਹੁੰਦਾ ਜੀ ਯਸ ਸੋਲੀ ਪਹਿਲਾਂ ਇਹਦੀ ਗੱਲ ਕਰਦੇ ਹਾਂ ਯਸ ਸੋਲੀ ਦੀ ਸੋ ਯੂਐਸਏ ਦੇ ਵਿੱਚ ਯਸ ਸੋਲੀ ਦਾ ਮਤਲਬ ਬੇਸਿਕਲੀ ਇਹਦਾ ਮਤਲਬ ਇਹ ਹੈ ਜੀ ਯਸ ਸੋਲੀ ਦਾ ਫਰਜ਼ ਕਰੋ ਅਸਿਊਮ ਕਰੋ ਇੰਡੀਆ ਦਾ ਭਾਰਤ ਦਾ ਕੋਈ ਪੰਜਾਬ ਦਾ ਤੁਸੀਂ ਪੰਜਾਬ ਲਾ ਲਓ ਪੰਜਾਬ ਦਾ ਕੋਈ ਵੀ ਕਪਲ ਹੈਗਾ ਵਿਆਹ ਹੋ ਗਿਆ ਉਹਨਾਂ ਦਾ ਤੇ ਪੰਜ ਸੱਤ ਮਹੀਨੇ ਬਾਅਦ ਉਹ ਘੁੰਮਣ ਵੱਗ ਗਏ ਅਮੈਰੀਕਾ ਚਲੇ ਗਏ ਠੀਕ ਹੈ ਅਮੈਰੀਕਾ ਘੁੰਮਣ ਵੱਗ ਗਏ ਤੇ ਘੁੰਮਣ ਦੇ ਦੌਰਾਨ ਠੀਕ ਹੈ ਜਿਹੜਾ ਉਹਨਾਂ ਨੇ ਟਾਈਮ ਸਪੈਂਡ ਕੀਤਾ ਉੱਥੇ ਉਹਨਾਂ ਦਾ ਬੱਚਾ ਹੋ ਗਿਆ ਅਮੈਰੀਕਾ ਦੀ ਧਰਤੀ ਦੇ ਉੱਪਰ ਉਹਨਾਂ ਦਾ ਬੱਚਾ ਹੋਇਆ ਉਹ ਉਸ ਬੱਚੇ ਦੇ ਜਿਹੜੇ ਮਾਂ ਪਿਓ ਨੇ ਉਹ ਸਿਟੀਜ਼ਨ ਕਿੱਥੇ ਦੇ ਨੇ ਉਹ ਆਪਣੇ ਇੰਡੀਆ ਦੇ ਸਿਟੀਜ਼ਨ ਨੇ ਆਪਣੇ ਪੰਜਾਬ ਤੋਂ ਉਹ ਬਿਲੋਂਗ ਕਰਦੇ ਨੇਗੇ ਬਟ ਉਹ ਬੱਚੇ ਦਾ ਜਨਮ ਕਿੱਥੇ ਹੋਇਆ ਉਹ ਬੱਚੇ ਦਾ ਜਨਮ ਹੋਇਆ ਜੀ ਅਮੈਰੀਕਾ ਦੀ ਧਰਤੀ ਦੇ ਉੱਪਰ ਤਾਂ ਯਸ ਸੋਲੀ ਜਿਹੜਾ ਪ੍ਰਿੰਸੀਪਲ ਹੈ ਇਹਦੇ ਆਧਾਰ ਤੇ ਉਹ ਬੱਚਾ ਜਿਹਦੇ ਪੇਰੈਂਟਸ ਇੰਡੀਅਨ ਹੁਣ ਐਜ਼ ਐਗਜ਼ਾਮਪਲ ਆਪਾਂ ਮੰਨਿਆ ਉਹ ਬੱਚੇ ਨੇ ਬਟ ਅਮੈਰੀਕਾ ਦੀ ਧਰਤੀ ਦੇ ਉੱਪਰ ਅਮੈਰੀਕਾ ਦੀ ਜ਼ਮੀਨ ਦੇ ਉੱਪਰ ਜਨਮ ਲਿਆ ਤਾਂ ਆਟੋਮੈਟਿਕਲੀ ਉਹ ਬੱਚਾ ਅਮੈਰੀਕਾ ਦਾ ਸਿਟੀਜ਼ਨ ਕਹਾਊਗਾ ਇਹ ਹੈ ਜੀ ਯਸ ਸੋਲੀ ਦੁਨੀਆਂ ਦੇ ਕਈ ਦੇਸ਼ਾਂ ਦੇ ਵਿੱਚ ਇਹ ਪ੍ਰਿੰਸੀਪਲ ਫੋਲੋ ਕਰਿਆ ਜਾਂਦਾ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਆ ਯਸ ਸੋਲੀ ਵਾਲਾ ਪ੍ਰਿੰਸੀਪਲ ਫੋਲੋ ਕਰਿਆ ਜਾਂਦਾ ਠੀਕ ਹੈ ਤੇ ਹੁਣ ਦੂਸਰੇ ਦੀ ਗੱਲ ਕਰਦਾ ਯਸ ਸੈਂਗੁਇਨਸ ਇਹ ਕੀ ਕਹਿੰਦਾ ਹੁਣ ਫਰਜ਼ ਕਰੋ ਇੰਡੀਆ ਦਾ ਕੋਈ ਕਪਲ ਹੈਗਾ ਇਹ ਕਿਤੇ ਘੁੰਮਣ ਚਲਾ ਗਿਆ ਇੰਡੀਆ ਦਾ ਕਪਲ ਕਿਤੇ ਘੁੰਮਣ ਚਲਾ ਗਿਆ ਫਰਜ਼ ਕਰੋ ਬਾਂਗਲਾਦੇਸ਼ ਘੁੰਮਣ ਚਲਾ ਗਿਆ ਹੁਣ ਇੰਡੀਆ ਦੇ ਕਪਲ ਦਾ ਜਿਹੜਾ ਬੱਚਾ ਹੈਗਾ ਠੀਕ ਹੈ ਉਹ ਬੱਚੇ ਨੇ ਬਾਂਗਲਾਦੇਸ਼ ਦੇ ਵਿੱਚ ਜਨਮ ਲਿਆ ਤਾਂ ਇਹਦਾ ਮਤਲਬ ਇਹ ਹੋਊਗਾ ਉਸ ਬੱਚੇ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਅਵੇਲੇਬਲ ਹੋਊਗੀ ਕਿਉਂਕਿ ਉਹਦੇ ਜਿਹੜੇ ਪੇਰੈਂਟਸ ਨੇਗੇ ਉਹ ਇੰਡੀਆ ਦੇ ਸਿਟੀਜ਼ਨ ਨੇਗੇ ਇਹ ਹੈ ਜੀ ਯਸ ਸੈਂਗੁਇਨਸ ਇਹਨੂੰ ਇੰਗਲਿਸ਼ ਪੜ੍ਹਨਾ ਹੈ ਕਹਿੰਦੇ ਬਰਥ ਰਾਈਟ ਸਿਟੀਜ਼ਨਸ਼ਿਪ ਆਲਸੋ ਅਪਲਾਈਜ਼ ਟੂ ਚਿਲਡਰਨ ਬੋਰਨ ਐਲਸਵੇਅਰ ਇਨ ਦਾ ਵਰਲਡ ਟੂ ਯੂਐਸ ਸਿਟੀਜ਼ਨ ਆਪਾਂ ਕਿਉਂਕਿ ਯੂਐਸ ਦੀ ਐਗਜ਼ਾਮਪਲ ਲਈ ਸੀ ਔਰ ਇੰਡੀਆ ਲੈ ਲਓ ਤੁਸੀਂ ਟੂ ਇੰਡੀਅਨ ਸਿਟੀਜ਼ਨ ਵਿਦ ਸਮ ਐਕਸੈਪਸ਼ਨ ਇਹਦਾ ਮਤਲਬ ਐਕਸੈਪਸ਼ਨ ਇਹਦਾ ਮਤਲਬ ਇਹ ਹੈ ਜੀ ਇਟ ਮੀਨਸ ਏ ਪਰਸਨ ਐਕਵਾਇਰਸ ਏ ਸਿਟੀਜ਼ਨਸ਼ਿਪ ਥਰੂ ਦੇਅਰ ਪੇਰੈਂਟਸ ਔਰ ਐਨਸੈਸਟਰ ਮਾਂ ਪਿਓ ਤੇ ਉਹਦੇ ਜਿਹੜੇ ਐਨਸੈਸਟਰ ਨੇ ਉਹਦੇ ਆਧਾਰ ਤੇ ਬੱਚੇ ਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਇਹ ਹੈ ਜੀ ਯਸ ਸੈਂਗੁਇਨਸ ਦਾ ਯਸ ਸੈਂਗੁਇਨਸ ਦਾ ਪ੍ਰਿੰਸੀਪਲ ਤੇ ਆਪਣੇ ਭਾਰਤ ਦੇ ਵਿੱਚ ਜਿਹੜਾ ਇਹ ਦੂਸਰਾ ਨਾ ਯਸ ਸੈਂਗੁਇਨਸ ਦਾ ਪ੍ਰਿੰਸੀਪਲ ਇਹ ਫੋਲੋ ਕਰਿਆ ਜਾਂਦਾ ਹੁਣ ਆਹ ਜਿਹੜਾ ਦੂਸਰਾ ਮੈਥਡ ਹੈ ਨਾ ਜਿਵੇਂ ਆਪਣੇ ਦੇਸ਼ ਦੇ ਵਿੱਚ ਜਿਹਦੇ ਨਾਲ ਦੇਸ਼ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਕਿਸੇ ਨੂੰ ਇੰਡੀਅਨ ਸਿਟੀਜ਼ਨਸ਼ਿਪ ਮਿਲਦੀ ਹੈ ਸਿਟੀਜ਼ਨਸ਼ਿਪ ਬਾਏ ਡਿਸੈਂਟ ਹੁਣ ਇਹ ਤੁਹਾਨੂੰ ਬੜੇ ਹੀ ਆਸਾਨ ਤਰੀਕੇ ਨਾਲ ਸਮਝ ਆ ਜਾਊਗਾ ਤਾਂ ਪਹਿਲਾ ਪੁਆਇੰਟ ਕੀ ਕਹਿੰਦਾ ਕਹਿੰਦੇ ਇਹ ਪਰਸਨ ਬੋਰਨ ਆਊਟਸਾਈਡ ਇੰਡੀਆ ਇੰਡੀਆ ਤੋਂ ਬਾਹਰ ਬੱਚੇ ਦਾ ਜਨਮ ਹੋਇਆ ਹੋਵੇ ਆਫਟਰ 26 ਜਨਵਰੀ 1950 ਤੋਂ ਬਾਅਦ ਬਟ ਬਿਫੋਰ 10 ਦਸੰਬਰ 1992 ਯਾਨੀ ਕਿ ਇਹ ਜਿਹੜੀ ਟਾਈਮ ਲਾਈਨ ਹੈ 1950 ਤੋਂ ਲੈ ਕੇ 1992 ਤੱਕ ਇਸ ਟਾਈਮ ਲਾਈਨ ਦੇ ਵਿੱਚ ਕੋਈ ਵੀ ਬੱਚਾ ਭਾਰਤ ਤੋਂ ਬਾਹਰ ਜੰਮਿਆ ਹੋਵੇ ਤਾਂ ਉਹ ਕਹਾਊਗਾ ਇੰਡੀਆ ਦਾ ਸਿਟੀਜ਼ਨ ਬਾਏ ਡਿਸੈਂਟ ਇਫ ਕੰਡੀਸ਼ਨ ਕੀ ਹੈ ਜੇ ਉਹਦਾ ਫਾਦਰ ਇੰਡੀਆ ਦਾ ਸਿਟੀਜ਼ਨ ਹੋਵੇ ਉਹਦੇ ਬਰਥ ਦੇ ਸਮੇਂ
ਸੋ ਹੁਣ ਤੁਹਾਨੂੰ ਸਮਝ ਆ ਗਿਆ ਵੀ ਜਸ ਸੈਨਗੋਇਨ ਦਾ ਜਿਹੜਾ ਪ੍ਰਿੰਸੀਪਲ ਸੀ ਉਹਨੂੰ ਇੱਥੇ ਅਪਲਾਈ ਕਰ ਦੋ, ਤੁਹਾਨੂੰ ਬੜੀ ਆਸਾਨੀ ਦੇ ਤਰੀਕੇ ਨਾਲ ਇਹ ਸਮਝ ਆ ਜੂਗਾ। ਫਿਰ ਜਦੋਂ 2003 ਵਾਲੀ ਅਮੈਂਡਮੈਂਟ ਹੋਈ ਸਿਟੀਜ਼ਨਸ਼ਿਪ ਐਕਟ 1955 ਨੂੰ 55 ਵਾਲੇ ਨੂੰ 2003 ਚ ਅਮੈਂਡ ਕੀਤਾ ਗਿਆ ਤਾਂ ਚੇਂਜ ਕਰ ਦਿੱਤਾ ਗਿਆ ਕੁਝ ਕੁ ਪ੍ਰੋਵੀਜ਼ਨ। ਉਹ ਇਹ ਸੀਗਾ ਵੀ 10 ਦਸੰਬਰ 1992 ਤੋਂ ਲੈ ਕੇ 3 ਦਸੰਬਰ 2004 ਇਸ ਟਾਈਮਲਾਈਨ ਦੇ ਵਿੱਚ ਕੋਈ ਬੱਚਾ ਇੰਡੀਆ ਤੋਂ ਬਾਹਰ ਜਨਮ ਲੈਂਦਾ ਕਿਸੇ ਵੀ ਦੇਸ਼ ਦੇ ਵਿੱਚ, ਬੰਗਲਾਦੇਸ਼, ਮਿਆਂਮਾਰ, ਅਮੈਰੀਕਾ, ਕੈਨੇਡਾ, ਤਾਂ ਉਹ ਇੰਡੀਆ ਦਾ ਸਿਟੀਜ਼ਨ ਕਹਾਊਗਾ ਇਫ ਕੰਡੀਸ਼ਨ ਕੀ ਹੈ, ਵਨ ਆਫ ਹਿਸ ਪੇਰੈਂਟਸ ਵਾਸ ਸਿਟੀਜ਼ਨ ਆਫ ਇੰਡੀਆ ਐਟ ਟਾਈਮ ਆਫ ਹਿਸ ਬਰਥ। ਥੋੜਾ ਜਿਹਾ ਰਿਲੈਕਸ ਕਰਤਾ, ਪਹਿਲਾਂ ਫਾਦਰ ਦਾ ਕੰਪਲਸਰੀ ਸੀਗਾ ਵੀ ਉਹਦਾ ਫਾਦਰ, ਬੱਚੇ ਦਾ ਫਾਦਰ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਉਹਦੇ ਬਰਥ ਦੇ ਵੇਲੇ, ਬਟ ਆ ਦੂਸਰੇ ਵਾਰ ਜਦੋਂ ਅਮੈਂਡ ਕੀਤਾ ਗਿਆ ਉਦੋਂ ਥੋੜਾ ਜਿਹਾ ਰਿਲੈਕਸ ਕਰਤਾ ਵੀ ਫਾਦਰ ਨੇ, ਚਲੋ ਕੋਈ ਵੀ ਪੇਰੈਂਟ ਹੋਵੇ, ਚਾਹੇ ਫਾਦਰ ਚਾਹੇ ਉਹਦੀ ਮੰਮੀ ਹੋਵੇ, ਉਹ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਉਸ ਬੱਚੇ ਦੇ ਬਰਥ ਦੇ ਸਮੇਂ ਆਹ ਟਾਈਮਲਾਈਨ ਦੇ ਵਿੱਚ 1992 ਤੋਂ ਲੈ ਕੇ 2004 ਦੇ ਵਿੱਚ। ਤੇ ਤੀਸਰੀ ਕੰਡੀਸ਼ਨ ਕੀ ਹੈ ਜੀ, 3 ਦਸੰਬਰ 2004 ਤੋਂ ਬਾਅਦ ਜੇ ਕੋਈ ਬੱਚਾ ਇੰਡੀਆ ਤੋਂ ਬਾਹਰ ਜੰਮਿਆ ਹੋਵੇ ਤਾਂ ਉਹ ਉਹਨਾਂ ਚਿਰ ਇੰਡੀਆ ਦਾ ਸਿਟੀਜ਼ਨ ਨਹੀਂ ਬਣੂਗਾ ਜਿੰਨਾ ਚਿਰ ਉਹਦਾ ਇੱਕ ਪੇਰੈਂਟ, ਚਾਹੇ ਮੰਮੀ ਚਾਹੇ ਡੈਡੀ, ਇੰਡੀਆ ਦਾ ਸਿਟੀਜ਼ਨ ਨਹੀਂ ਹੁੰਦੇ ਉਹਦੇ ਬਰਥ ਦੇ ਸਮੇਂ, ਤੇ ਦੂਸਰਾ ਉਸ ਬੱਚੇ ਦਾ ਜਿਹੜਾ ਜਨਮ ਹੋਊਗਾ ਉਹਨੂੰ ਇੰਡੀਆ ਦੇ ਵਿੱਚ ਜਿਹੜੀ ਉਸ ਦੇਸ਼ ਦੀ ਕੰਸਲੇਟ ਹੋਊਗੀ ਉਹਦੇ ਵਿੱਚ ਰਜਿਸਟਰ ਕਰਾਉਣਾ ਪਊਗਾ 1 ਸਾਲ ਦੇ ਅੰਦਰ ਅੰਦਰ। ਕਿੰਨੇ ਟਾਈਮ ਦੇ ਅੰਦਰ ਅੰਦਰ? 1 ਸਾਲ ਦੇ ਅੰਦਰ ਅੰਦਰ। ਇਹ ਹੈ ਜੀ ਤੀਸਰੀ ਵਾਰ ਜਿਹੜੀ 2003 ਵਾਲੀ ਅਮੈਂਡਮੈਂਟ ਹੋਈ ਸੀਗੀ ਉਹਦੇ ਤੋਂ ਬਾਅਦ ਇਹ ਸਿਸਟਮ, ਇਹ ਪ੍ਰੋਵੀਜ਼ਨ ਐਡ ਕਰ ਦਿੱਤਾ ਗਿਆ ਸੀਗਾ। ਸੋ ਇਹ ਹੈ ਜੀ ਸਿਟੀਜ਼ਨਸ਼ਿਪ ਬਾਈ ਡਿਸੈਂਟ ਇੰਡੀਆ ਦੇ, ਕੋਈ ਬੱਚਾ ਬਾਹਰੇ ਜਨਮ ਲੈਂਦਾ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਕਿਵੇਂ ਮਿਲਦੀ ਹੈ ਇਹ ਆਪਾਂ ਨੇ ਸਮਝ ਲਿਆ। ਤੀਸਰਾ ਆ ਗਿਆ ਜੀ ਸਿਟੀਜ਼ਨਸ਼ਿਪ ਬਾਏ ਰਜਿਸਟ੍ਰੇਸ਼ਨ, ਐਕੁਆਇਜ਼ੇਸ਼ਨ ਆਫ ਸਿਟੀਜ਼ਨਸ਼ਿਪ ਬਾਏ ਰਜਿਸਟ੍ਰੇਸ਼ਨ। ਰਜਿਸਟ੍ਰੇਸ਼ਨ ਦੇ ਆਧਾਰ ਤੇ ਕਿਸੇ ਬੰਦੇ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਕਿਵੇਂ ਮਿਲਦੀ ਹੈ ਸਮਝਦਿਆਂ, ਇੱਥੇ ਸ਼ਬਦ ਮੈਂ ਹਾਈਲਾਈਟ ਕਰਿਆ ਹੈ ਸੈਂਟਰਲ ਗੌਰਮੈਂਟ, ਇੱਥੇ ਪਾਰਲੀਮੈਂਟ ਨਹੀਂ ਹੈਗਾ, ਇੱਥੇ ਸੈਂਟਰ ਸਰਕਾਰ ਹੈ। ਇਹ ਤੁਹਾਨੂੰ ਸਮਝਾਉਣਾ ਕੀ ਚੱਕਰ ਹੈਗਾ, ਕਹਿੰਦੇ ਤਾਂ ਸੈਂਟਰਲ ਗੌਰਮੈਂਟ ਮੇ ਔਨ ਐਨ ਐਪਲੀਕੇਸ਼ਨ ਰਜਿਸਟਰ ਐਜ਼ ਏ ਸਿਟੀਜ਼ਨ ਆਫ ਇੰਡੀਆ, ਠੀਕ ਹੈ, ਨੋਟ ਬੀਂਗ ਐਨ ਇਲੀਗਲ ਮਾਈਗਰੈਂਟ ਇਫ ਹੀ ਬਿਲੋਂਗਸ ਟੂ ਐਨੀ ਆਫ ਦਾ ਫੋਲੋਇੰਗ ਕੈਟਾਗਰੀ, ਯਾਨੀ ਕਿ ਆਹ ਕੈਟਾਗਰੀ ਨੂੰ, ਇਹਨਾਂ ਚੋਂ ਕਿਸੇ ਵੀ ਕੈਟਾਗਰੀ ਨੂੰ ਉਹ ਬੰਦਾ ਜੇ ਫੋਲੋ ਕਰਦਾ ਤਾਂ ਸੈਂਟਰ ਸਰਕਾਰ ਔਨ ਐਨ ਐਪਲੀਕੇਸ਼ਨ ਉਹ ਬੰਦੇ ਨੂੰ ਇੰਡੀਆ ਦਾ ਸਿਟੀਜ਼ਨ ਰਜਿਸਟਰ ਕਰੂਗੀ। ਇੱਥੋਂ ਇੱਕ ਗੱਲ ਇਹ ਸਮਝ ਆ ਗਈ ਵੀ ਸਿਟੀਜ਼ਨਸ਼ਿਪ ਦੇ ਜਿਹੜੇ ਲਾਅ ਨੇ ਉਹ ਕੌਣ ਬਣਾਊਗਾ, ਉਹ ਬਣਾਉਣ ਦੀ ਪਾਵਰ ਕਿਹਦੇ ਕੋਲ ਹੈ, ਉਹ ਹੈਗੇ ਜੀ ਆਪਣੀ ਪਾਰਲੀਮੈਂਟ ਕੋਲ। ਬਟ ਸਿਟੀਜ਼ਨਸ਼ਿਪ ਡਿਸਾਈਡ ਕਰਨੀ ਹੈ ਵੀ ਆਹ ਬੰਦੇ ਨੂੰ ਸਿਟੀਜ਼ਨਸ਼ਿਪ ਦੇਣੀ ਹੈ, ਇਹ ਬੰਦੇ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ, ਉਹ ਡਿਸਾਈਡ ਕੌਣ ਕਰੂਗਾ, ਉਹ ਪਾਵਰ ਹੈਗੀ ਜੀ ਸੈਂਟਰਲ ਗੌਰਮੈਂਟ ਕੋਲ। ਇਹ ਗੱਲ ਭੁੱਲਿਓ ਨਾ, ਇਹ ਹਮੇਸ਼ਾ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੁੰਦੀ ਹੈ ਤੇ ਫਿਰ ਤੁਸੀਂ ਉਲਝ ਜਾਂਦੇ ਹੁੰਦੇ। ਤੇ ਉਹ ਕ੍ਰਾਈਟੇਰੀਆ ਕਿਹੜੇ ਨੇ ਜਿਹੜੇ ਬਣਦੇ ਨੇ ਆਧਾਰ ਸਿਟੀਜ਼ਨਸ਼ਿਪ ਬਾਏ ਰਜਿਸਟ੍ਰੇਸ਼ਨ ਇਨ ਇੰਡੀਆ, ਉਹਨਾਂ ਨੂੰ ਇੱਕ ਵਾਰ ਆਪਾਂ ਪੜ੍ਹ ਲੈਂਦੇ ਜੀ। ਪਹਿਲਾ ਪੁਆਇੰਟ ਆ ਗਿਆ ਜੀ, ਕਹਿੰਦੇ ਪਰਸਨ ਆਫ ਇੰਡੀਅਨ ਓਰੀਜਨ ਹੂ ਇਜ਼ ਅ ਰੈਜ਼ੀਡੈਂਟ ਇਨ ਇੰਡੀਆ ਫੋਰ 7 ਈਅਰਸ ਬਿਫੋਰ ਮੇਕਿੰਗ ਐਨ ਐਪਲੀਕੇਸ਼ਨ ਫੋਰ ਰਜਿਸਟ੍ਰੇਸ਼ਨ। ਫਰਜ਼ ਕਰੋ ਅੱਜ ਜਿਹੜੀ ਤਰੀਕ ਨੂੰ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ, ਅੱਜ ਦੀ ਤਰੀਕ ਹੈਗੀ ਜੀ 25 ਦਸੰਬਰ 2019। ਸੋ ਜੇ ਮੈਂ ਫਰਜ਼ ਕਰੋ ਇੰਡੀਆ ਦੇ ਵਿੱਚ ਇੰਡੀਆ ਦਾ ਨਾਗਰਿਕ ਨਹੀਂ ਹੈਗਾ, ਇੰਡੀਆ ਦੀ ਨਾਗਰਿਕਤਾ ਮੈਨੇ ਲੈਣੀ ਹੈ, ਤਾਂ ਮੈਨੂੰ 25 ਦਸੰਬਰ 2019 ਨੂੰ ਅੱਜ ਮੈਂ ਫਰਜ਼ ਕਰੋ ਅਪਲਾਈ ਕਰ ਰਿਹਾ ਇੰਡੀਆ ਦੀ ਸਿਟੀਜ਼ਨਸ਼ਿਪ ਦੇ ਲਈ, ਤਾਂ ਮੈਨੂੰ ਜੇ ਇੰਡੀਆ ਦੀ ਸਿਟੀਜ਼ਨਸ਼ਿਪ ਤਾਂ ਮਿਲੂਗੀ ਜੇ 25 ਦਸੰਬਰ 2019 ਤੋਂ ਮੈਂ 7 ਸਾਲ ਪਹਿਲਾਂ ਇੰਡੀਆ ਦੇ ਵਿੱਚ ਰਹਿ ਰਿਹਾ ਹੋਵਾਂ। ਸੋ ਦੇਖੋ ਕਿੰਨੀ ਔਖੀ ਮਿਲਦੀ ਹੈ ਇੰਡੀਆ ਦੀ ਸਿਟੀਜ਼ਨਸ਼ਿਪ, ਪਹਿਲਾਂ 7 ਸਾਲ ਰਹੋ ਫਿਰ ਤੁਹਾਡੀ ਐਪਲੀਕੇਸ਼ਨ ਅਸੈਪਟ ਹੋਊਗੀ, ਫਿਰ ਤੁਹਾਨੂੰ ਸਿਟੀਜ਼ਨਸ਼ਿਪ ਮਿਲੂਗੀ। ਦੂਸਰਾ ਪੁਆਇੰਟ ਕਹਿੰਦੇ ਇਹ ਪਰਸਨ ਆਫ ਇੰਡੀਅਨ ਓਰੀਜਨ ਹੂ ਇਜ਼ ਆਰਡੀਨਰੀ ਰੈਜ਼ੀਡੈਂਟ ਇਨ ਐਨੀ ਕੰਟਰੀ ਔਰ ਪਲੇਸ ਆਊਟਸਾਈਡ ਅਨਡਿਵਾਈਡਡ ਇੰਡੀਆ। ਜਦੋਂ ਦੇਸ਼ ਆਜ਼ਾਦ ਨਹੀਂ ਸੀ, ਪਾਕਿਸਤਾਨ ਬੰਗਲਾਦੇਸ਼ ਆਪਣਾ ਹਿੱਸਾ ਸੀਗੇ, ਤੇ ਜਿਹੜੇ ਇਹਨਾਂ ਦੇ ਆਊਟਸਾਈਡ ਮਤਲਬ ਰਹਿ ਰਹੇ ਨੇਗੇ ਉਹਨਾਂ ਦੇ ਮਤਲਬ ਸਿਟੀਜ਼ਨਸ਼ਿਪ ਰਜਿਸਟਰ ਕਰ ਸਕਦੇ ਨੇਗੇ। ਤੀਸਰਾ ਪੁਆਇੰਟ ਆ ਗਿਆ ਜੀ ਇਹ ਪਰਸਨ ਹੂ ਇਜ਼ ਮੈਰਿਡ ਟੂ ਏ ਸਿਟੀਜ਼ਨ ਆਫ ਇੰਡੀਆ, ਕੋਈ ਇੰਡੀਅਨ ਸਿਟੀਜ਼ਨ ਹੈਗਾ, ਉਹਨੂੰ ਕੋਈ ਬਾਹਰਲੀ ਕੋਈ ਨੇਪਾਲਨ ਕੁੜੀ ਹੈ, ਕੋਈ ਕਿਹੜੇ ਵੀ ਦੇਸ਼ ਦੀ ਕੁੜੀ ਹੈ, ਉਹ ਇੰਡੀਆ ਦੇ ਕਿਸੇ ਮੁੰਡੇ ਨਾਲ ਵਿਆਹ ਕਰਾਉਂਦੀ ਹੈ ਤੇ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਅਵੇਲੇਬਲ ਹੋ ਜੂਗੀ, ਬਟ ਉਹਨੂੰ 7 ਸਾਲ ਪਹਿਲਾਂ ਇੰਡੀਆ ਦੇ ਵਿੱਚ ਰਹਿਣਾ ਪਊਗਾ ਤੇ ਉਹਨੂੰ ਐਪਲੀਕੇਸ਼ਨ ਰਜਿਸਟਰ ਕਰਨ ਤੋਂ ਪਹਿਲਾਂ 7 ਸਾਲ ਰਹਿਣਾ ਪਊਗਾ, ਫਿਰ ਉਹ ਕੁੜੀ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜੂਗੀ। ਅੱਗੇ ਆ ਗਿਆ ਜੀ ਚੌਥਾ ਪੁਆਇੰਟ, ਕਹਿੰਦੇ ਮਾਈਨਰ ਚਿਲਡਰਨ ਆਫ ਪਰਸਨ ਹੂ ਆਰ ਸਿਟੀਜ਼ਨ ਆਫ ਇੰਡੀਆ, ਠੀਕ ਹੈ, ਉਹਨਾਂ ਲੋਕਾਂ ਦੇ, ਠੀਕ ਹੈ, ਜਿਹੜੇ ਕਿਸੇ ਸਮੇਂ ਪਰਸਨ ਆਫ ਇੰਡੀਅਨ ਓਰੀਜਨ ਸੀਗੇ ਉਹਨਾਂ ਦੇ ਜਿਹੜੇ ਮਾਈਨਰ ਚਿਲਡਰਨ ਨੇ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ ਉਹ ਸਿਟੀਜ਼ਨ ਆਫ ਇੰਡੀਆ, ਜਿਹੜੇ ਇਹਨਾਂ ਦੇ ਪੇਰੈਂਟਸ ਨੇਗੇ ਉਹਨਾਂ ਦੇ ਬੱਚਿਆਂ ਨੂੰ ਵੀ ਬਾਏ ਰਜਿਸਟ੍ਰੇਸ਼ਨ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਅੱਗੇ ਹੈਗਾ ਜੀ ਸਿਟੀਜ਼ਨਸ਼ਿਪ ਬਾਏ ਨੈਚੁਰਲਾਈਜੇਸ਼ਨ, ਠੀਕ ਹੈ, ਨੈਚੁਰਲਾਈਜੇਸ਼ਨ ਧਿਆਨ ਨਾਲ ਸੁਣੋ, ਠੀਕ ਹੈ, ਨੈਚੁਰਲਾਈਜੇਸ਼ਨ ਦਾ ਮਤਲਬ ਕੋਈ ਬਾਹਲੇ ਲੰਬੇ ਸਮੇਂ ਤੋਂ ਇੰਡੀਆ ਦੇ ਵਿੱਚ ਰਹਿਣਾ, ਠੀਕ ਹੈ, ਤਾਂ ਇੱਦਾਂ ਲੱਗਣ ਲੱਗ ਜਾਂਦਾ ਵੀ ਆਪਣੇ ਇੰਡੀਆ ਦਾ ਹੀ ਉਹ ਬੰਦਾ ਜੰਪਲ ਹੈਗਾ
ਸੋ ਤਾਂ ਕਰਕੇ ਉਹਨੂੰ ਬਾਈ ਨੈਚੁਰਲਾਈਜੇਸ਼ਨ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਸੋ ਇਹਦੇ ਵਿੱਚ ਵੀ ਜਿਹੜੀ ਸੈਂਟਰ ਸਰਕਾਰ ਹੈ ਇਹ ਗ੍ਰਾਂਟ ਕਰੂਗੀ ਉਸ ਬੰਦੇ ਨੂੰ ਸਿਟੀਜ਼ਨਸ਼ਿਪ ਇੰਡੀਆ ਦੀ ਬਾਈ ਨੈਚੁਰਲਾਈਜੇਸ਼ਨ, ਜੇ ਉਹ ਇਹਨਾਂ ਚਾਰ ਚੋਂ ਕਿਸੇ ਵੀ ਕ੍ਰਾਈਟੇਰੀਆ ਨੂੰ ਫੋਲੋ ਕਰਦਾ ਉਹ ਬੰਦਾ। ਤਾਂ ਕਿਹੜੇ ਕਿਹੜੇ ਕ੍ਰਾਈਟੇਰੀਆ ਨੇ ਸਮਝ ਲੈਣੇ ਆਪਾਂ। ਕਹਿੰਦੇ ਹੀ ਸ਼ੀ ਹੈਜ਼ ਰਿਨਾਊਂਸ ਹਿਜ਼ ਸਿਟੀਜ਼ਨਸ਼ਿਪ ਆਫ ਐਨੀ ਕੰਟਰੀ ਇਨ ਐਵੈਂਟ ਆਫ ਹਿਜ਼ ਐਪਲੀਕੇਸ਼ਨ ਫੋਰ ਇੰਡੀਅਨ ਸਿਟੀਜ਼ਨਸ਼ਿਪ ਬੀਇੰਗ ਐਕਸੈਪਟਡ। ਹੁਣ ਫਰਜ਼ ਕਰੋ ਕੋਈ ਬੰਦਾ ਪਾਕਿਸਤਾਨ ਦਾ ਸਿਟੀਜ਼ਨ ਹੈ, ਉਹਨੇ ਪਾਕਿਸਤਾਨ ਦੀ ਸਿਟੀਜ਼ਨਸ਼ਿਪ ਛੱਡਤੀ, ਕਿਉਂ? ਕਿਉਂਕਿ ਉਹ ਇੰਡੀਅਨ ਸਿਟੀਜ਼ਨਸ਼ਿਪ ਚਾਹੁੰਦਾ ਸੀਗਾ, ਉਹਨੇ ਇੰਡੀਅਨ ਸਿਟੀਜ਼ਨਸ਼ਿਪ ਅਪਲਾਈ ਕਰਤੀ, ਠੀਕ ਹੈ, ਉਹਨੂੰ ਇੰਡੀਅਨ ਸਿਟੀਜ਼ਨਸ਼ਿਪ ਮਿਲ ਗਈ, ਠੀਕ ਹੈ। ਸੋ ਉਹ ਲੋਕਾਂ ਨੂੰ ਨੈਚੁਰਲਾਈਜੇਸ਼ਨ ਦੇ ਤਰੀਕੇ ਦੇ ਨਾਲ ਇੰਡੀਅਨ ਦਾ ਸਿਟੀਜ਼ਨਸ਼ਿਪ ਬਣਾਇਆ। ਇਹਦੇ ਐਗਜ਼ਾਮਪਲ ਹੈ ਉਹ ਸਿੰਗਰ ਅਦਨਾਨ ਸਾਮੀ, ਠੀਕ ਹੈ, ਉਹ ਪਾਕਿਸਤਾਨ ਦਾ ਸੀਗਾ, ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੀ ਸੀਗੀ ਥਰੂ ਨੈਚੁਰਲਾਈਜੇਸ਼ਨ, ਕਿਉਂਕਿ ਉਹਨੇ ਪਾਕਿਸਤਾਨ ਦੀ ਸਿਟੀਜ਼ਨਸ਼ਿਪ ਛੱਡਤੀ ਸੀਗੀ। ਹੁਣ ਗੱਲ ਕਰਦੇ ਹਾਂ ਦੂਸਰੇ ਪੁਆਇੰਟ ਦੀ। ਇਹ ਕਹਿੰਦੇ ਇਫ ਹੀ ਸ਼ੀ ਹੈਜ਼ ਆਈਦਰ ਰਿਸਾਈਡਡ ਇਨ ਇੰਡੀਆ ਔਰ ਬੀਨ ਇਨ ਸਰਵਿਸ ਆਫ ਗੌਰਮੈਂਟ ਇਨ ਇੰਡੀਆ, ਕੋਈ ਸਰਕਾਰੀ ਸਰਵਿਸ ਦੇ ਵਿੱਚ ਹੋਵੇ ਥਰੂ ਆਊਟ ਦਾ ਪੀਰੀਅਡ ਆਫ 12 ਮੰਥਸ, 12 ਮਹੀਨੇ ਲਗਾ ਜਿਹੜਾ ਇਹ ਟਾਈਮਲਾਈਨ ਹੈ ਇਹਦੇ ਵਿੱਚ ਉਹ ਇੰਡੀਆ ਦੀ ਸਰਵਿਸ ਦੇ ਵਿੱਚ ਹੋਣਾ ਚਾਹੀਦਾ, ਸਰਕਾਰੀ ਸਰਵਿਸ ਦੇ ਵਿੱਚ ਆਪਣੀ ਐਪਲੀਕੇਸ਼ਨ ਨੂੰ ਅਪਲਾਈ ਕਰਨ ਤੋਂ ਪਹਿਲਾਂ ਉਹਨੂੰ ਵੀ ਬਾਈ ਨੈਚੁਰਲਾਈਜੇਸ਼ਨ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਅੱਛਾ ਜਿਹੜਾ ਇਹਦਾ ਪਹਿਲਾ ਪੁਆਇੰਟ ਸੀਗਾ, ਇਹਦੇ ਪਹਿਲੇ ਪੁਆਇੰਟ ਦੇ ਆਧਾਰ ਤੇ ਹੀ ਜਿਹੜੇ ਮਦਰ ਟੈਰੇਸਾ ਸੀਗੇ ਇਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੀ ਸੀ। ਸੋ ਕੁਐਸਚਨ ਆਉਂਦਾ ਹੁੰਦਾ ਵੀ ਮਦਰ ਟੈਰੇਸਾ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੀ ਸੀਗੀ ਕਿਹੜੇ ਮੈਥਡ ਦੇ ਨਾਲ, ਬਾਈ ਮੀਨਸ ਆਫ ਨੈਚੁਰਲਾਈਜੇਸ਼ਨ, ਮਦਰ ਟੈਰੇਸਾ ਜੀ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦਿੱਤੀ ਗਈ ਸੀ। ਸੋ ਜਿਹੜੇ ਮਦਰ ਟੈਰੇਸਾ ਸੀਗੇ ਉਹ ਦੇਸ਼ ਦੀ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਪਰ ਵੀ ਨਿਯੁਕਤ ਹੋ ਸਕਦੇ ਸੀ, ਖੜੇ ਹੋ ਸਕਦੇ ਸੀਗੇ, ਉਹਨਾਂ ਕੋਲ ਆਪਸ਼ਨ ਇਹ ਹੈਗੀ ਸੀਗੀ ਨੋਮੀਨੇਸ਼ਨ, ਠੀਕ ਹੈ, ਭਰ ਸਕਦੇ, ਮਤਲਬ ਵੈਸੇ ਹੀ ਦੱਸਣਾ ਤੁਹਾਨੂੰ। ਤੀਸਰੇ ਪੁਆਇੰਟ ਦੀ ਗੱਲ ਕਰਦੇ ਆ, ਇਹ ਤੁਸੀਂ ਪੜ੍ਹ ਸਕਦੇ ਹੋ ਜਿਵੇਂ ਕਿ 14 ਸਾਲਾਂ ਦੇ ਪੀਰੀਅਡ ਦੇ ਵਿੱਚ ਉਹ 12 ਮਹੀਨੇ ਲੈ ਰਿਹਾ ਹੈਗਾ, ਲਗਾਤਾਰ ਰਹਿਣਾ ਚਾਹੀਦਾ, ਤੇ 11 ਸਾਲ ਦਾ ਜਿਹੜਾ ਟਾਈਮ ਹੁੰਦਾ, ਮਤਲਬ ਟੋਟਲ 11 ਸਾਲ ਤੇ 12 ਮਹੀਨੇ, ਮੰਨ ਲਓ 14 ਸਾਲਾਂ ਚੋਂ 12 ਸਾਲ ਇਹਦੇ ਵਿੱਚ ਰਹਿਣਾ ਚਾਹੀਦਾ। ਇੰਨਾ ਸਮਾਂ ਰਹਿ ਕੇ ਉਈ ਲੱਗਣ ਲੱਗ ਜਾਂਦਾ ਬੰਦਾ ਵੀ ਉਹ ਇੰਡੀਆ ਦਾ ਸਿਟੀਜ਼ਨ ਹੀ ਹੈ, ਉਰੇ ਦਾ ਜੰਪਲ ਹੈ, ਤਾਂ ਉਹਨੂੰ ਵੀ ਨੈਚੁਰਲਾਈਜ਼ ਸਿਟੀਜ਼ਨ ਮੰਨ ਲਿਆ ਜਾਂਦਾ ਤੇ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦੇ ਦਿੱਤੀ ਜਾਂਦੀ ਹੈ। ਤੇ ਅਗਲਾ ਪੁਆਇੰਟ ਆ ਗਿਆ ਜੀ, ਇਫ ਹੀ ਸ਼ੀ ਹੈਜ਼ ਐਡੂਕੇਟ ਨੋਲੇਜ ਆਫ ਏ ਲੈਂਗੁਏਜ ਸਪੈਸੀਫਾਈਡ ਇਨ 8th ਸ਼ਡਿਊਲ ਟੂ ਦਾ ਕੰਸਟੀਟਿਊਸ਼ਨ, ਸੰਵਿਧਾਨ ਦੇ 8ਵੇਂ ਸ਼ਡਿਊਲ ਦੇ ਵਿੱਚ 22 ਲੈਂਗੁਏਜਿਸ ਨੇਗੇ, ਅੱਡ ਅੱਡ ਭਾਸ਼ਾਵਾਂ ਨੇਗੀਆਂ, ਉਹਨਾਂ ਭਾਸ਼ਾਵਾਂ ਦੇ ਵਿੱਚੋਂ ਕੋਈ ਵੀ ਇੱਕ ਲੈਂਗੁਏਜ ਦੇ ਵਿੱਚ ਉਹ ਬੰਦਾ ਉਸਤਾਦ ਹੋਣਾ ਚਾਹੀਦਾ, ਉਹਨੂੰ ਵਧੀਆ ਤਰੀਕੇ ਦੇ ਨਾਲ ਬੋਲਣੀ ਆਉਣੀ ਚਾਹੀਦੀ ਹੈਗੀ ਉਹ ਲੈਂਗੁਏਜ, ਤਾਂ ਉਹਨੂੰ ਵੀ ਬਾਈ ਮੀਨਸ ਆਫ ਨੈਚੁਰਲਾਈਜੇਸ਼ਨ ਇੰਡੀਆ ਦੀ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ। ਤੇ ਪੰਜਵਾਂ ਤਰੀਕਾ, ਜਿਹੜੇ ਤਰੀਕੇ ਨਾਲ ਕਿਸੇ ਬੰਦੇ ਨੂੰ, ਕਿਸੇ ਔਰਤ ਨੂੰ ਭਾਰਤ ਦੀ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ, ਉਹ ਤਰੀਕਾ ਹੈਗਾ ਜੀ ਬਾਈ ਇਨਕਾਰਪੋਰੇਸ਼ਨ ਆਫ ਟੈਰੀਟਰੀ। ਫਰਜ਼ ਕਰੋ ਕਿਸੇ ਟੈਰੀਟਰੀ ਨੂੰ, ਕੋਈ ਬਾਹਰਲੀ ਟੈਰੀਟਰੀ ਕਿਸੇ ਹੋਰ ਦੇਸ਼ ਦੀ ਹੈ, ਉਹਨੂੰ ਭਾਰਤ ਦੇ ਵਿੱਚ ਸ਼ਾਮਿਲ ਕਰ ਲਿੱਤਾ ਜਾਂਦਾ ਉਸ ਟੈਰੀਟਰੀ ਨੂੰ, ਤਾਂ ਉਸ ਟੈਰੀਟਰੀ ਦੇ ਵਿੱਚ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਕਿਵੇਂ ਦਿੱਤੀ ਹੋਊਗੀ? ਕੀ ਉਹ ਆਟੋਮੈਟਿਕਲੀ ਇੰਡੀਆ ਦੇ ਸਿਟੀਜ਼ਨ ਬਣ ਜਾਣਗੇ ਕਿਉਂਕਿ ਉਸ ਟੈਰੀਟਰੀ ਨੂੰ ਆਟੋਮੈਟਿਕਲੀ ਇੰਡੀਆ ਦੀ ਟੈਰੀਟਰੀ ਮੰਨ ਲਿਆ ਗਿਆ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ? ਬਿਲਕੁਲ ਵੀ ਨਹੀਂ, ਬਹੁਤ ਇੰਪੋਰਟੈਂਟ ਹੈ ਨਾ ਕਿ ਧਿਆਨ ਨਾਲ ਸੁਣੋ। ਸੋ ਜੇ ਫਰਜ਼ ਕਰੋ ਕਿਸੇ ਫੋਰਨ ਟੈਰੀਟਰੀ ਨੂੰ ਇੰਡੀਆ ਦੇ ਵਿੱਚ ਸ਼ਾਮਿਲ ਕਰ ਲਿੱਤਾ ਜਾਂਦਾ, ਤਾਂ ਜਿਹੜੀ ਗੌਰਮੈਂਟ ਆਫ ਇੰਡੀਆ ਇਹ ਨੋਟੀਫਾਈ ਕਰੂਗੀ ਉਸ ਟੈਰੀਟਰੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਵੀ ਕਿਹੜੇ ਕਿਹੜੇ ਬੰਦੇ ਨੂੰ ਕਿਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦੇਣੀ ਹੈਗੀ। ਇਹ ਲਾਈਨ ਬਹੁਤ ਇੰਪੋਰਟੈਂਟ ਹੈ, ਕੁਐਸਚਨ ਦੇ ਰੂਪ ਦੇ ਵਿੱਚ ਤੁਹਾਡੇ ਸਾਰਿਆਂ ਤੋਂ ਪੁੱਛੀ ਜਾ ਸਕਦੀ ਹੈ। ਇਹਦੀ ਪਰਫੈਕਟ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ, ਮੈਂ ਲੈਂਡ ਬਾਉਂਡਰੀ ਐਗਰੀਮੈਂਟ ਬਾਰੇ ਪੜ੍ਹਾ ਚੁੱਕਿਆ ਹੈਗਾ, 9ਵੀਂ ਅਮੈਂਡਮੈਂਟ ਸੀਗੀ ਆਪਣੇ ਸੰਵਿਧਾਨ ਦੀ 31 ਜੁਲਾਈ 2015 ਨੂੰ, ਤੇ ਉਦੋਂ ਆਪਾਂ ਨੇ ਜਿਹੜੀਆਂ ਕਨਕਲੇਵਸ ਬੰਗਲਾਦੇਸ਼ ਨੂੰ ਦਿੱਤੀਆਂ ਸੀਗੀਆਂ ਤੇ ਬੰਗਲਾਦੇਸ਼ ਦੀਆਂ ਜਿਹੜੇ ਕਨਕਲੇਵਸ ਆਪਾਂ ਨੇ ਲਈਆਂ ਸੀਗੀਆਂ, ਤਾਂ ਉਹਨਾਂ ਕਨਕਲੇਵਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ ਉਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਆਪਾਂ ਨੇ ਇਸ ਤਰੀਕੇ ਨਾਲ ਗ੍ਰਾਂਟ ਕੀਤੀ ਸੀ ਬਾਈ ਇਨਕਾਰਪੋਰੇਸ਼ਨ ਆਫ ਟੈਰੀਟਰੀ। ਹੁਣ ਗੱਲ ਕਰਦੇ ਹਾਂ ਜੀ, ਕਿਸੇ ਬੰਦੇ ਦੀ ਸਿਟੀਜ਼ਨਸ਼ਿਪ ਜੇ ਖੋਣੀ ਹੋਵੇ, ਸਿਟੀਜ਼ਨਸ਼ਿਪ ਦੇਣ ਦੀ ਗੱਲ ਤਾਂ ਆਪਾਂ ਨੇ ਕਰ ਲਈ, ਹੁਣ ਸਿਟੀਜ਼ਨਸ਼ਿਪ ਖੋਣੀ ਹੋਵੇ ਇਹ ਕਿਵੇਂ ਖੋਈ ਜਾਂਦੀ ਹੈ? ਇਹਦੇ 3 ਤਰੀਕੇ ਲਿਖੇ ਹੋਏ ਨੇ ਜੀ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ, ਧਿਆਨ 'ਚ ਰੱਖਿਓ। ਇਹ ਗੱਲ ਸੰਵਿਧਾਨ 'ਚ ਨਹੀਂ ਲਿਖੀ ਹੋਈ, ਕੋਨਸਟੀਟਿਊਸ਼ਨ 'ਚ ਨਹੀਂ ਲਿਖੀ ਹੋਈ, ਇਹ ਗੱਲ ਲਿਖੀ ਹੋਈ ਹੈ ਜੀ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ। ਸਿਟੀਜ਼ਨਸ਼ਿਪ ਦੇਣੀ ਕਿਵੇਂ ਹੈ, ਸਿਟੀਜ਼ਨਸ਼ਿਪ ਖੋਣੀ ਕਿਵੇਂ ਹੈ, ਇਹ ਕੋਨਸਟੀਟਿਊਸ਼ਨ 'ਚ ਨਹੀਂ ਲਿਖਿਆ ਹੋਇਆ, ਇਹ ਸਿਟੀਜ਼ਨਸ਼ਿਪ ਐਕਟ 1955 ਲਿਖਿਆ ਹੈ। ਸੋ ਸਭ ਤੋਂ ਪਹਿਲਾ ਤਰੀਕਾ ਜਿਹਦੇ ਨਾਲ ਸਿਟੀਜ਼ਨਸ਼ਿਪ ਆਪਣੇ ਦੇਸ਼ 'ਚ ਕਿਸੇ ਬੰਦੇ ਦੀ ਖੋਈ ਜਾਂਦੀ ਹੈ, ਲੋਸ ਆਫ ਸਿਟੀਜ਼ਨਸ਼ਿਪ ਹੁੰਦੀ ਹੈ ਜੀ, ਉਹ ਤਰੀਕੇ ਦਾ ਨਾਮ ਹੈਗਾ ਜੀ ਰਿਨਾਂਸੀਏਸ਼ਨ। ਇੰਗਲਿਸ਼ ਦੇ ਵਿੱਚ ਜੋ ਲਿਖਿਆ ਹੈ ਤੁਸੀਂ ਇਹਨੂੰ ਪੜ੍ਹ ਲਿਓ, ਤੁਹਾਨੂੰ ਮੈਂ ਪੰਜਾਬੀ ਸਮਝਾਉਣਾ ਰਿਨਾਂਸੀਏਸ਼ਨ ਦਾ ਮਤਲਬ ਕੀ ਹੁੰਦਾ। ਇਹਦਾ ਮਤਲਬ ਇਹ ਹੁੰਦਾ ਜੀ, ਪਹਿਲਾਂ ਆਪਣੇ ਦੇਸ਼ ਦੀ, ਭਾਰਤ ਦੀ ਜਿਹੜੀ ਸਿਟੀਜ਼ਨਸ਼ਿਪ ਹੈ, ਨਾਗਰਿਕਤਾ, ਇਹਨੂੰ ਛੱਡ ਦਿਓ, ਫਿਰ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਦੇ ਲਈ ਅਪਲਾਈ ਕਰੋ। ਇਹਦੇ ਵਿੱਚ ਰਿਸਕ ਬਹੁਤ ਵੱਡਾ ਹੁੰਦਾ ਹੈ, ਦੂਸਰਾ ਦੇਸ਼ ਤੁਹਾਨੂੰ ਫਰਜ਼ ਕਰੋ ਬਾਅਦ 'ਚੋਂ ਮੁੱਕਰ ਜੇ ਜਾਂ ਤੁਹਾਨੂੰ ਸਿਟੀਜ਼ਨਸ਼ਿਪ ਦੇਵੇ ਹੀ ਨਾ, ਐਕਸੈਪਟ ਹੀ ਨਾ ਕਰੇ, ਉੱਧਰੋਂ ਤੁਸੀਂ ਆਪਣੇ ਭਾਰਤ ਦੀ ਸਿਟੀਜ਼ਨਸ਼ਿਪ ਇਹਨੂੰ ਵੀ ਛੱਡ ਦਿਓ, ਠੀਕ ਹੈ। ਸੋ ਇਹਦੀ ਪਰਫੈਕਟ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ, ਆਹ ਬੰਦਾ ਤੁਸੀਂ
ਇਹਨਾਂ ਨੇ ਭਾਰਤ ਦੀ ਸਿਟੀਜ਼ਨਸ਼ਿਪ ਇੰਡੀਆ ਦੀ ਸਿਟੀਜ਼ਨਸ਼ਿਪ ਛੱਡੀ ਸੀਗੀ ਬਾਈ ਮੀਨਸ ਆਫ ਰਿਨੰਸੀਏਸ਼ਨ। ਫਿਰ ਇਹਨਾਂ ਨੇ ਕਤਰ ਦੇਸ਼ ਸੀਗਾ ਜਿਹੜਾ ਉਹਦੀ ਸਿਟੀਜ਼ਨਸ਼ਿਪ ਦੇ ਲਈ ਇਹਨਾਂ ਨੇ ਅਪਲਾਈ ਕੀਤਾ ਸੀ ਤੇ ਕਤਰ ਨੇ ਇਹਨਾਂ ਦੀ ਸਿਟੀਜ਼ਨਸ਼ਿਪ ਐਕਸੈਪਟ ਕਰ ਲਈ ਸੀਗੀ ਐਮ ਐਫ ਹੁਸੈਨ ਸਾਹਿਬ ਦੀ। ਸੋ ਇਹ ਹੁੰਦਾ ਜੀ ਰਿਨੰਸੀਏਸ਼ਨ। ਤੇ ਉਸ ਤੋਂ ਇਲਾਵਾ ਜਦੋਂ ਕਿਸੇ ਦੇਸ਼ ਦੇ ਨਾਲ ਜੰਗ ਲੱਗੀ ਹੋਵੇ, ਵਾਰ ਲੱਗੀ ਹੋਵੇ, ਤਾਂ ਉਦੋਂ ਕਿਸੇ ਬੰਦੇ ਦੇ ਜੇ ਉਹਨੇ ਇੰਡੀਆ ਦੀ ਸਿਟੀਜ਼ਨਸ਼ਿਪ ਛੱਡਣੀ ਹੋਵੇ ਤਾਂ ਸੈਂਟਰ ਸਰਕਾਰ ਉਹਦੀ ਸਿਟੀਜ਼ਨਸ਼ਿਪ ਦਾ ਜਿਹੜਾ ਛੱਡਣ ਦਾ ਪ੍ਰੋਸੈਸ ਹੈ ਉਹਨੂੰ ਰੋਕ ਸਕਦੀ ਹੈਗੀ, ਠੀਕ ਹੈ, ਮਤਲਬ ਕਿਉਂਕਿ ਲੜਾਈ ਲੱਗੀ ਹੋਈ ਹੈ ਕਿਸੇ ਦੇਸ਼ ਨਾਲ। ਤੇ ਉਸ ਤੋਂ ਇਲਾਵਾ ਅਗਲਾ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜੇ ਕੋਈ ਬੰਦਾ ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਤਿਆਗਦਾ ਹੈਗਾ, ਰਿਨੰਸੀਏਸ਼ਨ ਕਰਦਾ ਹੈ, ਤਾਂ ਉਹਦਾ ਜਿਹੜਾ ਮਾਈਨਰ ਚਾਈਲਡ ਹੋਊਗਾ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਉਹਦੀ ਵੀ ਜਿਹੜੀ ਸਿਟੀਜ਼ਨਸ਼ਿਪ ਹੈ ਇੰਡੀਅਨ ਸਿਟੀਜ਼ਨਸ਼ਿਪ ਹੈ ਆਟੋਮੈਟਿਕਲੀ ਖੋਈ ਜਾਊਗੀ। ਬਟ ਇੱਥੇ ਇੱਕ ਕੰਡੀਸ਼ਨ ਹੈਗੀ, ਜੇ ਉਹ ਮਾਈਨਰ ਦੀ ਉਮਰ 18 ਸਾਲ ਹੋ ਜਾਂਦੀ ਹੈ, ਉਹਦੇ ਬੱਚੇ ਦੀ ਉਮਰ 18 ਸਾਲ ਹੋ ਜਾਂਦੀ ਹੈ, ਤਾਂ ਉਹ ਇੰਡੀਆ ਦਾ ਸਿਟੀਜ਼ਨ ਰਹਿ ਸਕਦਾ ਹੈਗਾ, ਠੀਕ ਹੈ, ਉਦੋਂ ਉਹਦੀ ਸਿਟੀਜ਼ਨਸ਼ਿਪ ਨਹੀਂ ਖੋਣੀ ਜਾਂਦੀ। ਇਹ ਹੈ ਜੀ ਸਿਟੀਜ਼ਨਸ਼ਿਪ ਖੋਈ ਜਾਂਦੀ ਹੈ ਬਾਈ ਰਿਨੰਸੀਏਸ਼ਨ। ਦੂਸਰੀ ਆ ਗਈ ਸਿਟੀਜ਼ਨਸ਼ਿਪ ਕਿਵੇਂ ਖੋਈ ਜਾਂਦੀ ਹੈ, ਇਹਨੂੰ ਕਿਹਾ ਜਾਂਦਾ ਜੀ ਟਰਮੀਨੇਸ਼ਨ। ਇਹ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ, ਸਮਝ ਲਓ ਪੰਜਾਬੀ 'ਚ ਸਮਝਾਉਣਾ ਤੁਹਾਨੂੰ ਮੈਂ ਕੀ ਕਹਿੰਦੇ ਨੇ ਟਰਮੀਨੇਸ਼ਨ ਨੂੰ। ਕਹਿੰਦੇ ਕਿਸੇ ਹੋਰ ਦੇਸ਼ ਦੀ ਜਦੋਂ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਤੁਸੀਂ ਫਰਜ਼ ਕਰੋ ਕੈਨੇਡਾ ਦੀ ਨਾਗਰਿਕਤਾ ਲੈ ਲੈਂਦੇ ਹੋ, ਕੈਨੇਡਾ ਦੇ ਸਿਟੀਜ਼ਨ ਬਣ ਜਾਂਦੇ ਹੋ, ਤਾਂ ਤੁਹਾਨੂੰ ਭਾਰਤ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਛੱਡਣੀ ਪਊਗੀ। ਕਿਉਂ? ਕਿਉਂਕਿ ਆਪਣੇ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ, ਇੱਕ ਸਮੇਂ ਆਪਾਂ ਦੋ ਦੇਸ਼ਾਂ ਦੇ ਨਾਗਰਿਕ ਨਹੀਂ ਰਹਿ ਸਕਦੇ। ਸੋ ਜੇ ਕੱਲ੍ਹ ਨੂੰ ਤੁਸੀਂ ਕੈਨੇਡਾ ਦੇ ਆਪਣੇ ਨਾਗਰਿਕ ਬਣ ਜਾਂਦੇ ਹੋ ਤਾਂ ਤੁਸੀਂ ਇੰਡੀਆ ਦੇ ਸਿਟੀਜ਼ਨ, ਇੰਡੀਆ ਦੇ ਨਾਗਰਿਕ ਨਹੀਂ ਰਹੋਗੇ। ਹਾਂ, ਤੁਹਾਡੇ OCI PIO ਕਾਰਡਸ ਜਿਨ੍ਹਾਂ ਬਾਰੇ ਆਪਾਂ ਹਾਲੇ ਗੱਲ ਕਰਾਂਗੇ ਉਹ ਮਿਲ ਜਾਂਦੇ ਨੇ, ਬਟ ਇੰਡੀਆ ਦੇ ਨਾਗਰਿਕ ਤੁਸੀਂ ਨਹੀਂ ਰਹੋਗੇ। ਹਾਊਐਵਰ ਜਿਹੜੀ ਇਹ ਕੰਡੀਸ਼ਨ ਹੈਗੀ ਟਰਮੀਨੇਸ਼ਨ ਦੀ, ਇਹ ਅਪਲਾਈ ਨਹੀਂ ਹੋਣੀ ਜਦੋਂ ਕਿਸੇ ਦੇਸ਼ ਦੇ ਨਾਲ ਆਪਾਂ ਜੰਗ ਲੱਗੀ ਹੋਵੇ, ਵਾਰ ਲੱਗੀ ਹੋਵੇ, ਤਾਂ ਉਦੋਂ ਸੈਂਟਰ ਸਰਕਾਰ ਦੁਆਰਾ ਇਹ ਪ੍ਰੋਸੈਸ ਰੋਕਿਆ ਜਾ ਸਕਦਾ ਹੈ। ਤੇ ਜੇ ਮੈਂ ਟਰਮੀਨੇਸ਼ਨ ਦੀ ਪਰਫੈਕਟ ਐਗਜ਼ਾਮਪਲ ਦੇਵਾਂ ਤੁਹਾਨੂੰ ਸਾਰਿਆਂ ਨੂੰ, ਆਹ ਆਈਲੈਟਸ ਵਾਲੇ ਜਿਹੜੇ ਜਵਾਕ ਹੁੰਦੇ ਨੇਗੇ, ਇਹ ਟਰਮੀਨੇਸ਼ਨ ਦੀ ਐਗਜ਼ਾਮਪਲ ਹੁੰਦੀ ਹੈ। ਕੋਈ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ, ਕੋਈ ਆਸਟ੍ਰੇਲੀਆ ਸਿਟੀਜ਼ਨ ਬਣ ਜਾਂਦਾ, ਤਾਂ ਜਦੋਂ ਉਹ ਇਹਨਾਂ ਦੇਸ਼ਾਂ ਦੇ ਇਹ ਬੱਚੇ ਜਿਹੜੇ ਬੈਠੇ ਨੇਗੇ ਅੱਜ ਕੱਲ੍ਹ, ਠੀਕ ਹੈ, ਤਿਆਰੀ ਕਰ ਰਹੇ ਆਈਲੈਟਸ ਦੀ, ਤਾਂ ਕੱਲ੍ਹ ਨੂੰ ਆਈਲੈਟਸ ਕਰਕੇ ਜਾਣਗੇ ਉਹਨਾਂ ਦੇਸ਼ਾਂ ਦੇ ਵਿੱਚ, ਪਹਿਲਾਂ PR ਹੋਣਗੇ, ਫਿਰ ਉਹਨਾਂ ਦੇਸ਼ਾਂ ਦੇ ਸਿਟੀਜ਼ਨ ਬਣਗੇ, ਤਾਂ ਇਹਨਾਂ ਦੀ ਜਿਹੜੀ ਇੰਡੀਅਨ ਸਿਟੀਜ਼ਨਸ਼ਿਪ ਹੈ ਉਹ ਆਟੋਮੈਟਿਕਲੀ ਹੋ ਹੀ ਜਾਊਗੀ। ਫਿਰ ਇਹ ਪੱਕੇ ਹੀ ਕੈਨੇਡਾ ਵਾਲੇ ਹੋ ਜਾਣਗੇ, ਪੱਕੇ ਆਸਟ੍ਰੇਲੀਆ ਵਾਲੇ ਹੋ ਜਾਣਗੇ, ਠੀਕ ਹੈ। ਸੋ ਇਹ ਦੀ ਪਰਫੈਕਟ ਐਗਜ਼ਾਮਪਲ ਹੈਗੀ। ਤੇ ਤੀਸਰਾ ਹੈਗਾ ਜੀ ਮੈਥਡ ਜਿਹਦੇ ਨਾਲ ਕਿਸੇ ਦੀ ਸਿਟੀਜ਼ਨਸ਼ਿਪ ਖੋਈ ਜਾਂਦੀ ਹੈ, ਉਹ ਹੈਗਾ ਜੀ ਡੈਪਰੀਵੇਸ਼ਨ। ਇਹਨੂੰ ਆਸਾਨ ਸ਼ਬਦਾਂ ਦੇ ਵਿੱਚ ਕਹਿ ਲਓ ਕਿਸੇ ਦੀ ਧੱਕੇ ਨਾਲ ਸਿਟੀਜ਼ਨਸ਼ਿਪ ਖੋਣੀ। ਕਿਉਂ? ਕਿਉਂਕਿ ਉਹ ਬੰਦੇ ਨੇ ਆਹ ਗਲਤ ਕੰਮ ਕੀਤੇ ਹੁੰਦੇ ਨੇ, ਤਾਂ ਕਰਕੇ ਜਿਹੜੀ ਗੌਰਮੈਂਟ ਆਫ ਇੰਡੀਆ ਉਹ ਬੰਦੇ ਦੀ ਸਿਟੀਜ਼ਨਸ਼ਿਪ ਖੋ ਸਕਦੀ ਹੈਗੀ। ਕਿਵੇਂ, ਕਿਹੜੇ ਕਿਹੜੇ ਤਰੀਕੇ ਨੇ? ਸਭ ਤੋਂ ਪਹਿਲਾਂ ਆ ਗਿਆ ਜੀ ਉਹ ਬੰਦੇ ਨੇ ਗਲਤ ਤਰੀਕੇ ਦੇ ਨਾਲ, ਠੀਕ ਹੈ, ਫਰੋਡ ਛੁੱਬੀ ਲਾ ਕੇ ਸਰਕਾਰ ਨੂੰ ਆਪਣੇ ਦੇਸ਼ ਦੀ ਭਾਰਤ ਦੀ ਸਿਟੀਜ਼ਨਸ਼ਿਪ ਐਕਵਾਇਰ ਕਰੀ ਹੋਵੇ। ਦੂਸਰਾ ਉਹ ਬੰਦਾ ਆਪਣੇ ਸੰਵਿਧਾਨ ਦੇ ਪ੍ਰਤੀ ਡਿਸਲੋਇਲ ਹੋਵੇ, ਸੰਵਿਧਾਨ ਦੀ ਇੱਜ਼ਤ ਨਹੀਂ ਕਰਦਾ। ਤੀਸਰਾ ਜੀ ਉਹ ਬੰਦੇ ਨੇ ਉਸ ਦੇਸ਼ ਦੇ ਨਾਲ ਗਲਤ ਤਰੀਕੇ ਨਾਲ ਟ੍ਰੇਡ ਕਰਿਆ ਹੋਵੇ ਜਾਂ ਕਮਿਊਨੀਕੇਟ ਕੀਤਾ ਹੋਵੇ ਜਿਹੜੇ ਦੇਸ਼ ਦੇ ਨਾਲ ਆਪਣੀ ਵਾਰ ਲੱਗੀ ਹੋਵੇ, ਆਪਣੇ ਦੇਸ਼ ਦੀ ਭਾਰਤ ਦੀ ਜੰਗ ਲੱਗੀ ਹੋਵੇ, ਤਾਂ ਉਸ ਟਾਈਮ ਦੇ ਵਿੱਚ ਜੰਗ ਦੇ ਸਮੇਂ ਉਹ ਬੰਦੇ ਨੇ ਦੁਸ਼ਮਣ ਦੇਸ਼ ਨੂੰ ਨਾਲ ਟ੍ਰੇਡ ਕੀਤਾ ਹੋਵੇ, ਕਮਿਊਨੀਕੇਟ ਕੀਤਾ ਹੋਵੇ ਕਿਸੇ ਤਰੀਕੇ ਨਾਲ, ਤਾਂ ਉਹਦੀ ਸਿਟੀਜ਼ਨਸ਼ਿਪ ਹੋਈ ਜਾ ਸਕਦੀ ਹੈ। ਤੇ ਚੌਥਾ ਜੀ ਕੋਈ ਬੰਦਾ ਇੰਡੀਆ ਤੋਂ ਬਾਹਰੇ ਵੱਗ ਗਿਆ, 7 ਸਾਲ ਦਾ ਲਗਾਤਾਰ ਬਾਹਰੇ ਹੈਗਾ ਬਿਨਾਂ ਦੱਸੇ, ਮੁੜਿਆ ਹੈ ਨਹੀਂ, ਤਾਂ ਉਹਨੂੰ ਉਹਦੇ ਵੀ ਮੈਡਲ ਪਾਇਆ ਜਾਊਗਾ। ਉਹਨੂੰ ਵੀ ਕਹਿਣਗੇ ਵੀ ਹੁਣ ਸ਼ੇਰਾ ਵਾਪਸ ਆਈ ਬਿਨਾਂ ਤੇਰੀ ਸਿਟੀਜ਼ਨਸ਼ਿਪ ਅਸੀਂ ਨੇ ਖੋਲੀ। ਇਹਨੂੰ ਕਹਿੰਦੇ ਨੇ ਜੀ ਡੈਪਰੀਵੇਸ਼ਨ। ਤੇ ਹੁਣ ਆਪਾਂ ਵਾਪਸ ਮੋੜਾ ਕੱਟਦੇ ਹਾਂ ਆਪਣੇ ਕੁਐਸਚਨ ਵੱਲ। ਦੇਖੋ ਹਾਲੇ ਇਹ ਚੈਪਟਰ ਕੰਪਲੀਟ ਨਹੀਂ ਹੋਇਆ, ਆਪਾਂ ਸਿਟੀਜ਼ਨਸ਼ਿਪ ਦੇ ਆਰਟੀਕਲ ਪੜ੍ਹ ਲਏ ਸਾਰੇ, ਸਿਟੀਜ਼ਨਸ਼ਿਪ ਮਿਲਦੀ ਕਿਵੇਂ ਆ, ਖੋਈ ਕਿਵੇਂ ਜਾਂਦੀ ਆ, ਉਹ ਪੜ੍ਹ ਲਿਆ। ਹਾਲੇ ਕੁਝ ਕੁ ਇੰਪੋਰਟੈਂਟ ਗੱਲਾਂ ਰਹਿੰਦੀਆਂ ਨੇ, ਜਿਵੇਂ ਕਿ PIO ਕੀ ਹੁੰਦਾ, OCI ਕੀ ਹੁੰਦਾ, ਇਹ ਕਾਰਡ ਹੋਲਡਰਸ ਕੀ ਹੁੰਦੇ ਨੇਗੇ, ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਜਿਹੜਾ ਐਕਟ ਹੈਗਾ ਉਹਦੇ ਬਾਰੇ ਤਾਂ ਮੈਂ ਤੁਹਾਨੂੰ ਬੇਸਿਕਲੀ ਵੈਸੇ ਤਾਂ ਕਾਫੀ ਵਾਰ ਪੜ੍ਹਾ ਚੁੱਕਿਆ। ਚਲੋ ਦੁਬਾਰਾ ਵੀ ਉਹ ਐਕਟ ਨੂੰ ਡਿਸਕਸ ਕਰ ਲਾਂਗੇ, ਤੇ ਕੁਝ ਕੁ ਜੀ ਇੱਕ ਦੋ ਗੱਲਾਂ ਜਿਹੜੀ ਰਹਿ ਗਈਆਂ ਉਹ ਅਗਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਆਪਾਂ ਹੁਣ ਕੁਐਸਚਨ ਵੱਲ ਮੋੜਾ ਕੱਟਦੇ ਹਾਂ। ਪਹਿਲਾ ਕੁਐਸਚਨ ਹੈ ਜੀ, ਕਹਿੰਦੇ ਅਕੋਰਡਿੰਗ ਟੂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1955 ਇੰਡੀਅਨ ਸਿਟੀਜ਼ਨਸ਼ਿਪ ਕੈਨ ਨਾਟ ਬੀ ਐਕਵਾਇਰਡ ਬਾਈ, ਠੀਕ ਹੈ, ਸਮਝ ਗਏ, ਆਪਸ਼ਨ ਏ ਇਨਕਾਰਪੋਰੇਸ਼ਨ ਆਫ ਟੈਰੀਟਰੀ ਨਾਟ ਫਾਰਮਿੰਗ ਏ ਪਾਰਟ ਆਫ ਇੰਡੀਆ ਐਟ ਦਾ ਕਮੈਂਸਮੈਂਟ ਆਫ ਕੋਨਸਟੀਟਿਊਸ਼ਨ। ਇਹ ਸਟੇਟਮੈਂਟ ਤਾਂ ਹੋਗੀ ਜੀ ਠੀਕ ਇਹਨਾਂ ਦੀ। ਦੂਸਰੀ ਸਟੇਟਮੈਂਟ ਆ ਗਈ ਚਿਲਡਰਨ ਆਫ ਦਾ ਡਿਪਲੋਮੈਟਿਕ ਪਰਸਨ ਔਰ ਏਲੀਅਨ ਐਨੀਮਲਸ, ਇਹ ਆਪਣਾ ਆਨਸਰ ਆ ਜੂਗਾ। ਕਿਉਂ? ਕਿਉਂਕਿ ਜਿਹੜੇ ਇਹ ਪੁੱਛਿਆ ਜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1955 ਦੇ ਹਿਸਾਬ ਨਾਲ ਕਿਹੜੇ ਬੰਦੇ ਨੂੰ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ, ਤਾਂ ਆਪਾਂ ਪਿੱਛੇ ਪੜਿਆ ਸੀਗਾ ਜਿਹੜੇ ਇਹ ਫੋਰਨ ਡਿਪਲੋਮੈਟ ਹੁੰਦੇ ਨੇਗੇ, ਦੂਤ ਕਹਿੰਦੇ ਨੇ ਜਿਹਨਾਂ ਨੂੰ ਆਪਾਂ ਇੰਡੀਆ ਦੇ ਵਿੱਚ ਪੋਸਟਿੰਗ ਹੋਈ ਹੋਵੇ, ਜਾਂ ਏਲੀਅਨ ਐਨੀਮੀਜ਼ ਹੋ ਗਏ, ਐਨੀਮੀ ਏਲੀਅਨ ਹੋ ਗਏ, ਇਹਨਾਂ ਦੇ ਜਿਹੜੇ ਜਵਾਕ ਨੇ ਇਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ ਬਾਏ ਬਰਥ। ਇਹਦਾ ਆਨਸਰ ਆਊਗਾ ਜੀ ਆਪਸ਼ਨ B। ਅੱਗੇ ਗੱਲ ਕਰਦੇ ਹਾਂ
ਕਹਿੰਦੇ ਵਟ ਇਜ਼ ਨੋਨ ਨੋਨ ਏ ਵਲੰਟਰੀ ਐਕਟ ਵਲੰਟਰੀ ਦਾ ਮਤਲਬ ਹੁੰਦਾ ਆਪਦੀ ਮਰਜ਼ੀ ਦੇ ਨਾਲ ਬਾਈ ਵਿਚ ਏ ਪਰਸਨ ਆਫਟਰ ਐਕਵਾਇਰਿੰਗ ਏ ਸਿਟੀਜ਼ਨਸ਼ਿਪ ਆਫ ਅਨਦਰ ਕੰਟਰੀ ਗਿਵਸ ਅਪ ਹਿਸ ਇੰਡੀਅਨ ਸਿਟੀਜ਼ਨਸ਼ਿਪ ਉਹ ਬੰਦਾ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਤਾਂ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਉਹਦੀ ਆਟੋਮੈਟਿਕਲੀ ਖੋਈ ਜਾਊਗੀ ਇਹ ਟਰਮੀਨੋਲੋਜੀ ਨੂੰ ਕੀ ਕਿਹਾ ਜਾਂਦਾ ਇਹਨੂੰ ਕੀ ਕਿਹਾ ਜਾਂਦਾ ਡੈਪਰੀਵੇਸ਼ਨ ਰੈਨਸੀਏਸ਼ਨ ਟਰਮੀਨੇਸ਼ਨ ਜਾਂ ਨਨ ਆਫ ਦ ਅਬਵ ਆਪਾਂ ਪਿੱਛੇ ਹੁਣੇ ਹੀ ਪੜ੍ਹ ਕੇ ਹਟਿਆ ਇਹ ਟਰਮੀਨੋਲੋਜੀ ਨੂੰ ਕਹਿੰਦੇ ਨੇ ਜੀ ਟਰਮੀਨੇਸ਼ਨ ਆਪਣੇ ਜਿਹੜੇ ਆਈਲੈਟਸ ਵਾਲੇ ਜਵਾਕ ਹੁੰਦੇ ਨੇ ਇਹ ਉਹਦਾ ਇਹ ਆਨਸਰ ਹੈਗਾ ਤੇ ਅਗਲਾ ਕੁਐਸਚਨ ਆ ਗਿਆ ਜੀ ਆਹ ਕੁਐਸਚਨ ਬੜਾ ਵਧੀਆ ਹੈ ਕਹਿੰਦੇ ਵਿਚ ਇਜ਼ ਦਾ ਮੋਸਟ ਐਕੂਰੇਟ ਸਟੇਟਮੈਂਟ ਵੈਨ ਏ ਪਰਸਨ ਰਿਨਾਉਂਸਿਸ ਹਿਸ ਇੰਡੀਅਨ ਸਿਟੀਜ਼ਨਸ਼ਿਪ ਆ ਪੀਪੀਐਸਸੀ ਦੇ ਇਹ ਫੇਵਰੇਟ ਕੁਐਸਚਨ ਹੁੰਦੇ ਨੇ ਇਹ ਜੇ ਦੇਖੋ ਕਈ ਵਾਰ ਕੁਐਸਚਨ ਇਹ ਆਉਂਦਾ ਨਾ ਉਹਦੇ ਜਿੰਨੇ ਵੀ ਸਟੇਟਮੈਂਟ ਹੁੰਦੇ ਨੇ ਠੀਕ ਤਾਂ ਉਹ ਸਾਰੀਆਂ ਹੀ ਹੁੰਦੀਆਂ ਨੇਗੀਆਂ ਬਟ ਕਈ ਵਾਰ ਇਹ ਸ਼ਬਦ ਜਦੋਂ ਮੂਹਰੇ ਲਿਖਿਆ ਹੁੰਦਾ ਨਾ ਮੋਸਟ ਐਕੂਰੇਟ ਸਟੇਟਮੈਂਟ ਚੁਣੀ ਹੋਵੇ ਤਾਂ ਉਦੋਂ ਆਪਾਂ ਨੂੰ ਬੜੇ ਧਿਆਨ ਨਾਲ ਕੁਐਸਚਨ ਨੂੰ ਪੜ੍ਹਨਾ ਪੈਂਦਾ ਸੋ ਦੇਖੋ ਕਹਿੰਦੇ ਵੈਨ ਏ ਪਰਸਨ ਰਿਨਾਉਂਸਿਸ ਹਿਸ ਸਿਟੀਜ਼ਨਸ਼ਿਪ ਕਿਸੇ ਬੰਦਾ ਕੋਈ ਬੰਦਾ ਇੰਡੀਆ ਦੀ ਸਿਟੀਜ਼ਨਸ਼ਿਪ ਤਿਆਗ ਦਿੰਦਾ ਤਾਂ ਉਦੋਂ ਕੀ ਹੁੰਦਾ ਪਹਿਲੀ ਆਪਸ਼ਨ ਕਹਿੰਦੇ ਐਵਰੀ ਮਾਈਨਰ ਚਾਈਲਡ ਉਹ ਬੱਚੇ ਉਹਦਾ ਬੰਦੇ ਦਾ ਬੱਚਾ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਉਹਨੂੰ ਮਾਈਨਰ ਕਹਿੰਦੇ ਨੇ ਆਫ ਦੈਟ ਪਰਸਨ ਡਜ਼ਨਟ ਲੂਜ਼ ਇਟਸ ਇੰਡੀਅਨ ਸਿਟੀਜ਼ਨਸ਼ਿਪ ਉਹਦੀ ਇੰਡੀਅਨ ਸਿਟੀਜ਼ਨਸ਼ਿਪ ਖੋਈ ਨਹੀਂ ਜਾਊਗੀ ਇਹ ਸਟੇਟਮੈਂਟ ਹੈਗੀ ਅਧੂਰੀ ਹਾਲੇ ਇਹਨੂੰ ਛੱਡੋ ਆਪਸ਼ਨ ਬੀ ਕਹਿੰਦੀ ਹੈ ਐਵਰੀ ਮਾਈਨਰ ਚਾਈਲਡ ਆਫ ਦੈਟ ਪਰਸਨ ਆਲਸੋ ਲੂਜ਼ਸ ਇੰਡੀਅਨ ਸਿਟੀਜ਼ਨਸ਼ਿਪ ਉਹਦਾ ਜਿਹੜਾ ਮਾਈਨਰ ਬੱਚਾ ਹੋਊਗਾ ਉਹਦੀ ਸਿਟੀਜ਼ਨਸ਼ਿਪ ਵੀ ਖੋਈ ਜਾ ਸਕਦੀ ਹੈਗੀ ਇਹ ਸਟੇਟਮੈਂਟ ਹੋ ਗਈ ਠੀਕ ਫਿਲਹਾਲ ਦੀ ਘੜੀ ਤੀਸਰੀ ਸਟੇਟਮੈਂਟ ਪੜ੍ਹਦੇ ਹਾਂ ਐਵਰੀ ਮਾਈਨਰ ਚਾਈਲਡ ਆਫ ਦੈਟ ਪਰਸਨ ਲੂਜ਼ਸ ਇੰਡੀਅਨ ਸਿਟੀਜ਼ਨਸ਼ਿਪ ਹਾਊ ਐਵਰ ਵੈਨ ਏ ਚਾਈਲਡ ਸੱਚ ਚਾਈਲਡ ਅਟੇਨਸ ਦਾ ਏਜ ਆਫ 16 ਈਅਰਸ ਉਹਦੀ ਸਿਟੀਜ਼ਨਸ਼ਿਪ ਬਰਕਰਾਰ ਰਹਿ ਸਕਦੀ ਹੈ ਇਹ ਸਟੇਟਮੈਂਟ ਠੀਕ ਹੋ ਜਾਂਦੀ ਬਟ ਜੇ ਉਹਦੇ 16 ਸਾਲਾਂ ਦੀ ਜਗ੍ਹਾ 18 ਸਾਲ ਆਉਂਦਾ ਇਹ ਸਾਲ ਵਗੈਰਾ ਸਭ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਸੋ ਇਹਦੀ ਜਿਹੜੀ ਮੋਸਟ ਐਕੂਰੇਟ ਸਟੇਟਮੈਂਟ ਬਣੂਗੀ ਉਹ ਬਣੂਗੀ ਜੀ ਆਪਸ਼ਨ ਬੀ ਇਹਦਾ ਕਰੈਕਟ ਆਨਸਰ ਆਊਗਾ ਉਹਦੇ ਮਾਈਨਰ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਖੋਈ ਜਾਊਗੀ ਬਟ ਜੇ ਉਹਦਾ ਮਾਈਨਰ 18 ਸਾਲ ਦੀ ਉਮਰ ਐਕਵਾਇਰ ਕਰ ਲੈਂਦਾ ਉਹ ਏਜ ਗਰੁੱਪ ਦੇ ਵਿੱਚ ਆ ਜਾਂਦਾ ਤਾਂ ਉਹ ਇੰਡੀਆ ਦਾ ਸਿਟੀਜ਼ਨ ਰਹਿ ਸਕਦਾ ਹੈਗਾ ਬੜਾ ਵਧੀਆ ਕੁਐਸਚਨ ਸੀਗਾ ਧਿਆਨ ਨਾਲ ਸੋਲਵ ਕਰਨ ਵਾਲਾ ਸੀ ਅਗਲਾ ਕੁਐਸਚਨ ਆ ਗਿਆ ਜੀ ਕਹਿੰਦੇ ਦਾ ਕੁਐਸਚਨ ਵੈਦਰ ਐਨ ਇੰਡੀਅਨ ਸਿਟੀਜ਼ਨ ਹੈਡ ਐਕਵਾਇਰਡ ਦਾ ਸਿਟੀਜ਼ਨਸ਼ਿਪ ਆਫ ਏ ਫੋਰਨ ਕੰਟਰੀ ਇਜ਼ ਡਿਟਰਮਾਈਂਡ ਬਾਈ ਸਮਝ ਗਏ ਹੁਣ ਇਹ ਕੀ ਕਹਿਣਾ ਚਾਹੁੰਦਾ ਇਹਦਾ ਆਨਸਰ ਕੀ ਆਊਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਮੈਂ ਨਹੀਂ ਚਾਹੁੰਦਾ ਇਹਦਾ ਆਨਸਰ ਤੁਹਾਨੂੰ ਦੇਣਾ ਕਿਉਂਕਿ ਮੈਂ ਪਿੱਛੇ ਤੁਹਾਨੂੰ ਡਿਫਰੈਂਸ ਦੱਸਿਆ ਸੀ ਪਾਰਲੀਮੈਂਟ ਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਕੀ ਚੱਕਰ ਹੁੰਦਾ ਅਗਲਾ ਕੁਐਸਚਨ ਬੜਾ ਹੀ ਧਿਆਨ ਨਾਲ ਕਰਨ ਵਾਲਾ ਦੇਖਣ ਨੂੰ ਤਾਂ ਬੜਾ ਸਿੰਪਲ ਹੈ ਬਟ ਕਈ ਵਾਰ ਕਾਹਲੀ ਚ ਬੱਚਾ ਇਹ ਸਟੇਟਮੈਂਟਾਂ ਨੂੰ ਪੜ੍ਹਦਾ ਹੀ ਨਹੀਂ ਹੈਗਾ ਗਲਤ ਕਰਦਾ ਕੁਐਸਚਨ ਕਹਿੰਦੇ ਅੰਡਰ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1955 ਬਾਈ ਵਿਚ ਆਫ ਦਾ ਫੋਲੋਇੰਗ ਵੇਸ ਕੈਨ ਏ ਪਰਸਨ ਬਿਕਮ ਏ ਸਿਟੀਜ਼ਨ ਆਫ ਇੰਡੀਆ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਕੋਈ ਬੰਦਾ ਇੰਡੀਆ ਦਾ ਸਿਟੀਜ਼ਨ ਬਣ ਸਕਦਾ ਆਪਸ਼ਨ ਏ ਬਾਈ ਬਰਥ ਹਾਂਜੀ ਆਪਸ਼ਨ ਬੀ ਬਾਈ ਡਿਸੈਂਟ ਹਾਂਜੀ ਆਪਸ਼ਨ ਸੀ ਬਾਈ ਰਜਿਸਟ੍ਰੇਸ਼ਨ ਹਾਂਜੀ ਆਪਸ਼ਨ ਡੀ ਬਾਈ ਨੈਸ਼ਨਲਾਈਜੇਸ਼ਨ ਇੱਥੇ ਮੈਡਲ ਪੈ ਜੂਗਾ ਤੁਹਾਡੇ ਤੁਸੀਂ ਕਈ ਵਾਰ ਕਾਹਲੀ ਕਾਹਲੀ ਚ ਇਹਨੂੰ ਨੈਚੁਰਲਾਈਜੇਸ਼ਨ ਸਮਝੋਗੇ ਤੇ ਇਹਨੂੰ ਠੀਕ ਲਿਆਓਗੇ ਸੋ ਧਿਆਨ ਨਾਲ ਪੜ੍ਹਨਾ ਹੁੰਦਾ ਉਰੇ ਨੈਚੁਰਲਾਈਜੇਸ਼ਨ ਹੈਗਾ ਉਰੇ ਨੈਸ਼ਨਲਾਈਜੇਸ਼ਨ ਲਿਖਿਆ ਹੋਇਆ ਜੋ ਕਿ ਗਲਤ ਹੋ ਗਿਆ ਕਿਉਂਕਿ ਸਿਟੀਜ਼ਨਸ਼ਿਪ ਮਿਲਦੀ ਹੈ ਬਾਈ ਨੈਚੁਰਲਾਈਜੇਸ਼ਨ ਤੇ ਪੰਜਵਾਂ ਬਾਈ ਇਨਕਾਰਪੋਰੇਸ਼ਨ ਆਫ ਟੈਰੀਟਰੀ ਸੋ ਇਹਦੀ ਚੌਥੀ ਸਟੇਟਮੈਂਟ ਗਲਤ ਹੋ ਗਈ ਬਾਕੀ ਠੀਕ ਨੇ ਆਨਸਰ ਆਊਗਾ ਜੀ ਆਪਸ਼ਨ ਸੀ 1, 2, 3, and 5 ਸਟੇਟਮੈਂਟਸ ਆਰ ਕਰੈਕਟ ਤੇ ਅਗਲਾ ਕੁਐਸਚਨ ਆ ਗਿਆ ਜੀ ਕਹਿੰਦੇ ਅਕੋਰਡਿੰਗ ਟੂ ਦਾ ਇੰਡੀਅਨ ਕਨਸਟੀਟਿਊਸ਼ਨ ਵਿਚ ਮੰਗ ਦਾ ਫੋਲੋਇੰਗ ਕੈਟਾਗਰੀਜ਼ ਆਫ ਪਰਸਨ ਵੁੱਡ ਨਾਟ ਬੀ ਐਲੀਜੀਬਲ ਟੂ ਬਿਕਮ ਦਾ ਸਿਟੀਜ਼ਨ ਆਫ ਇੰਡੀਆ ਸੰਵਿਧਾਨ ਦੇ ਹਿਸਾਬ ਨਾਲ ਉਰੇ ਸਿਟੀਜ਼ਨਸ਼ਿਪ ਐਕਟ ਦੇ ਹਿਸਾਬ ਨਾਲ ਲਿਖਿਆ ਹੋਇਆ ਉਰੇ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਲਿਖਿਆ ਬਹੁਤ ਹੀ ਵਧੀਆ ਕੁਐਸਚਨ ਹੈਗਾ ਇਹ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਕਿਹੜਾ ਬੰਦਾ ਇੰਡੀਆ ਦਾ ਸਿਟੀਜ਼ਨਸ਼ਿਪ ਦੇ ਲਈ ਐਲੀਜੀਬਲ ਨਹੀਂ ਹੈਗਾ ਇਹਦਾ ਆਨਸਰ ਦੇਖੋ ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਹਿੰਦੇ ਹੂ ਇਜ਼ ਰੈਜੀਡੈਂਟ ਆਫ ਇੰਡੀਆ ਫੋਰ 5 ਈਅਰਸ ਇਮੀਡੀਏਟਲੀ ਪ੍ਰੋਸੀਡਿੰਗ ਦਾ ਇੰਡੀਪੈਂਡੈਂਸ ਆਫ ਇੰਡੀਆ ਆਪਸ਼ਨ ਬੀ ਕਹਿੰਦੀ ਹੈ ਹੂ ਮਾਈਗ੍ਰੇਟਿਡ ਟੂ ਪਾਕਿਸਤਾਨ ਫਰੋਮ ਇੰਡੀਆ ਆਫਟਰ 1 ਮਾਰਚ 1947 ਬਟ ਲੇਟਰ ਰਿਟਰਨ ਟੂ ਇੰਡੀਆ ਫੋਰ ਰੀਸੈਟਲਮੈਂਟ ਇਹ ਸਟੇਟਮੈਂਟ ਆਪਾਂ ਪਿੱਛੇ ਪੜ੍ਹੀ ਸੀ ਇਹ ਤਾਂ ਹੋ ਗਈ ਠੀਕ ਠੀਕ ਹੈ ਕਿਉਂਕਿ 6 ਮਹੀਨੇ ਉਹਨੂੰ ਰਹਿਣਾ ਪੈਂਦਾ ਸੀ ਫਿਰ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲਦੀ ਸੀ ਜੇ ਉਹ 1 ਮਾਰਚ 1947 ਤੋਂ ਬਾਅਦ ਭਾਰਤ ਦੇ ਵਿੱਚ ਆਉਂਦਾ ਤੇ ਤੀਸਰੀ ਸਟੇਟਮੈਂਟ ਕੀ ਹੈ ਕਹਿੰਦੇ ਇਹ ਪਰਸਨ ਹੂ ਮਾਈਗ੍ਰੇਟਿਡ ਫਰੋਮ ਪਾਕਿਸਤਾਨ ਵਿਲ ਬੀ ਸਿਟੀਜ਼ਨ ਆਫ ਇੰਡੀਆ ਇਫ ਹੀ ਮਾਈਗ੍ਰੇਟਿਡ ਬਿਫੋਰ 19 ਜੁਲਾਈ 1948 ਇਹ ਸਟੇਟਮੈਂਟ ਵੀ ਆਪਾਂ ਪੜ੍ਹੀ ਹੈ ਇਹ ਵੀ ਹੋ ਗਈ ਠੀਕ ਚੌਥੀ ਸਟੇਟਮੈਂਟ ਦੇਖ ਲੈਣਾ ਇਹ 'ਚ ਤਾਂ ਲਿਖਿਆ ਹੋਇਆ ਵੀ ਸਾਰੀਆਂ ਸਟੇਟਮੈਂਟਾਂ ਗਲਤ ਨੇ ਆਪਾਂ ਮੋੜਾ ਕੱਟੀਏ ਪਹਿਲੀ ਸਟੇਟਮੈਂਟ ਵੱਲ ਕੀ ਇਹ ਠੀਕ ਹੈ ਜਾਂ ਗਲਤ ਹੈ ਤਾਂ ਦੇਖੋ ਇਹ ਸਟੇਟਮੈਂਟ ਹੋ ਗਈ ਗਲਤ ਉਹ ਬੰਦਾ ਇੰਡੀਆ ਦਾ ਰੈਜੀਡੈਂਟ ਹੋਣਾ ਚਾਹੀਦਾ ਪਿਛਲੇ 5 ਸਾਲ ਇੰਡੀਆ ਦੇ ਵਿੱਚ ਰਹਿਣਾ ਚਾਹੀਦਾ ਆਪਾਂ ਇਹ ਗੱਲ ਪਿੱਛੇ ਪੜ੍ਹੀ ਸੀਗੀ ਆਰਟੀਕਲ 5 ਦੇ ਵਿੱਚ ਬਟ ਇੱਥੇ ਕੀ ਚੱਕਰ ਹੈ ਉਰੇ ਇੰਡੀਪੈਂਡੈਂਸ ਆਫ ਇੰਡੀਆ ਯਾਨੀ ਕਿ 15 ਅਗਸਤ 1947 ਤਰੀਕ ਥੋੜੀ ਸੀ ਉਰੇ ਰਿਪਬਲਿਕ ਡੇ ਵਾਲੀ ਤਰੀਕ ਸੀ ਯਾਨੀ ਕਿ 26 ਜਨਵਰੀ 1950 ਤੋਂ ਪਹਿਲਾਂ
ਉਹ ਬੰਦਾ 5 ਸਾਲ ਇੰਡੀਆ ਦੇ ਵਿੱਚ ਰਹਿਣਾ ਚਾਹੀਦਾ ਉਹ ਇੰਡੀਆ ਦਾ ਸਿਟੀਜ਼ਨ ਕਹਾਊਗਾ ਸੋ ਇਹ ਛੋਟੇ ਛੋਟੇ ਝਕਾਨੀ ਹੁੰਦੇ ਨੇ ਪੇਪਰ ਦੇ ਵਿੱਚ ਲੈ ਬਹਿੰਦੇ ਹੁੰਦੇ ਨੇ ਇਹਦੀ ਆਪਸ਼ਨ ਆ ਜੂਗੀ ਆਪਸ਼ਨ ਏ ਇਹ ਬੰਦਾ ਐਲੀਜੀਬਲ ਨਹੀਂ ਹੈਗਾ ਇੰਡੀਆ ਦੀ ਸਿਟੀਜ਼ਨਸ਼ਿਪ ਦੇ ਲਈ ਅਗਲਾ ਕੁਐਸਚਨ ਦੇਖੋ ਕਰੋ ਸੋਲਵ ਟਰਾਈ ਕਰੋ ਫਿਰ ਇਹਦਾ ਆਂਸਰ ਮੈਂ ਵੀ ਦਊਂਗਾ ਇਹਦਾ ਆਂਸਰ ਵੀ ਤੁਸੀਂ ਤੁਹਾਡੇ ਵੱਲੋਂ ਕਮੈਂਟ ਬਾਕਸ ਦੇ ਵਿੱਚ ਹੋਣਾ ਚਾਹੀਦਾ ਪੌਜ਼ ਕਰਕੇ ਵੀਡੀਓ ਨੂੰ ਆਂਸਰ ਕਰਿਓ ਮੈਂ ਤਾਂ ਇਹਦਾ ਆਂਸਰ ਹੁਣੇ ਕਰਨ ਲੱਗਿਆ ਠੀਕ ਹੈ ਤੇ ਤੁਸੀਂ ਇਹਦਾ ਆਂਸਰ ਇਮਾਨਦਾਰੀ ਦੇ ਨਾਲ ਜ਼ਰੂਰ ਕਰਨਾ ਦੇਖੋ ਕਿਹੜੀ ਸਟੇਟਮੈਂਟ ਠੀਕ ਹੈ ਕਿਹੜੀ ਗਲਤ ਹੈ ਪਹਿਲੀ ਸਟੇਟਮੈਂਟ ਆ ਕੇ ਕਹਿੰਦੇ ਇਫ ਐਨੀ ਨਿਊ ਟੈਰੀਟਰੀ ਬਿਕਮਸ ਏ ਪਾਰਟ ਆਫ ਇੰਡੀਆ ਦ ਪਰਸਨ ਆਫ ਦੈਟ ਟੈਰੀਟਰੀ ਆਟੋਮੈਟਿਕਲੀ ਬਿਕਮਸ ਦਾ ਸਿਟੀਜ਼ਨ ਆਫ ਇੰਡੀਆ ਕੀ ਇਹ ਸਟੇਟਮੈਂਟ ਠੀਕ ਹੈ ਜਾਂ ਗਲਤ ਹੈ ਦੇਖੋ ਸਟੇਟਮੈਂਟ ਹੋ ਗਈ ਗਲਤ ਕੋਈ ਫੋਰਨ ਟੈਰੀਟਰੀ ਨੂੰ ਇੰਡੀਆ ਦੇ ਵਿੱਚ ਜਦੋਂ ਸ਼ਾਮਿਲ ਕੀਤਾ ਜਾਂਦਾ ਨਾ ਤਾਂ ਉਦੋਂ ਜਿਹੜੀ ਗੌਰਮੈਂਟ ਆਫ ਇੰਡੀਆ ਜਿਹੜੀ ਮੈਂ ਤੁਹਾਨੂੰ ਪਿੱਛੇ ਗੱਲ ਪੜਾਈ ਸੀ ਉਹ ਨੋਟੀਫਾਈ ਕਰੂਗੀ ਵੀ ਕਿਹੜੇ ਕਿਹੜੇ ਬੰਦੇ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦੇਣੀ ਹੈਗੀ ਇਹ ਸਟੇਟਮੈਂਟ ਹੋ ਗਈ ਗਲਤ ਦੂਸਰੀ ਸਟੇਟਮੈਂਟ ਕੀ ਕਹਿੰਦੇ ਕਹਿੰਦੇ ਇੰਡੀਆ ਡਸ ਪ੍ਰੋਵਾਈਡ ਫੋਰ ਸਿੰਗਲ ਸਿਟੀਜ਼ਨਸ਼ਿਪ ਇਹ ਸਟੇਟਮੈਂਟ ਠੀਕ ਹੈ ਜੀ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈਗੀ ਹੈ ਇਹਦਾ ਆਨਸਰ ਹੋਗਾ ਬੀ ਆਪਸ਼ਨ ਓਨਲੀ 2 ਇਜ਼ ਕਰੈਕਟ ਸੋ ਇਹ ਸੀਗਾ ਆਪਣਾ ਸਿਟੀਜ਼ਨਸ਼ਿਪ ਵਾਲਾ ਚੈਪਟਰ ਹਾਲੇ ਇਹਦੇ ਕੁਝ ਕੁ ਟੌਪਿਕਸ ਰਹਿੰਦੇ ਨੇ ਜੀ ਉਹ OCIPAO ਕਾਰਡਸ ਅਮੈਂਡਮੈਂਟ ਬਿੱਲ ਜਿਹੜਾ ਐਕਟ ਹੈਗਾ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਅਗਲੇ ਲੈਕਚਰ ਦੇ ਵਿੱਚ ਸੋ ਮਿਲਦੇ ਹਾਂ ਜਲਦ ਹੀ ਅਗਲੇ ਲੈਕਚਰ ਦੇ ਵਿੱਚ ਧੰਨਵਾਦ ਚੰਗੀ ਤਰ੍ਹਾਂ ਰਿਵਾਈਜ਼ ਕਰਦੇ ਰਹੋ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰੋ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਧੰਨਵਾਦ